ਤੇ ਜੇ ਨਾ ਵੀ, ਵੈਸੇ ਜੇ ਆਪਾਂ ਹਾਂਜੀ ਲੋਕਤੰਤਰ ਦੀ ਗੱਲ ਕਰਦੇ ਹਾਂ, ਨਾ ਵੀ ਪੈਂਦਾ ਤਾਂ ਹਾਂਜੀ ਲੋਕਾਂ ਨੇ ਫਤਵਾ ਦੇਤਾ, ਹਾਂਜੀ ਜਿਨ੍ਹਾਂ ਨੂੰ ਵੀ ਦੇਤਾ ਹਾਂਜੀ ਉਹਨਾਂ ਨੇ ਤਾਂ ਜਾ ਕੇ ਲੋਕ ਸਭਾ 'ਚ ਬੈਠਣਾ ਹੀ ਹੈਗਾ, ਉੱਥੇ ਬੈਠਣਾ ਹੀ ਸੀ ਜੀ, ਉਹਨਾਂ ਦਾ ਹੱਕ ਹੈ। ਹੱਕ ਫਿਰ ਹੈ। ਇਹ ਉਹ ਲੋਕਤੰਤਰ ਤਰੀਕੇ ਨਾਲ ਜਾ ਰਹੇ ਸੀ। ਕੈਂਸਲ ਕਰਨਾ, ਤੁਹਾਨੂੰ ਕੀ ਲੱਗਦਾ ਵੀ ਤੁਸੀਂ ਉਦੋਂ ਕੈਂਡੀਡੇਟ ਸੀ, ਕਿਉਂ ਹੋਣਾ? ਫਿਰ ਇੱਕ ਜੇ ਦੇਖਿਆ ਜਾਵੇ ਹੁਣ ਵੀ ਲੋਕਤੰਤਰ ਦੇ ਹਾਂਜੀ ਹਾਂਜੀ ਚੌਥਾ ਥੰਮ ਦੇ ਤੌਰ ਦੇ ਤੌਰ ਤੇ ਹੁਣ ਬੀਤ ਗਿਆ ਹੈਗਾ ਲੋਕਤੰਤਰ ਦੀਆਂ, ਜਿਹੜਾ ਹਾਂਜੀ ਉਸ ਤੋਂ ਮਨਾਇਆ ਗਿਆ ਸੀ ਹੁਣ ਤਾਂ, ਹਾਂਜੀ ਵੀ ਇੱਕ ਕਿਸਮ ਦਾ ਹੁਣ ਵੀ ਇਹ ਕਿਹਾ ਜਾਂਦਾ ਵੀ ਚਾਹੋ ਜੰਮੂ ਕਸ਼ਮੀਰ ਤੋਂ ਇੱਕ ਜੇਲ੍ਹ 'ਚ ਬੈਠੇ ਸ਼ਖਸ ਜਿੱਤ ਗਏ ਨੇ, ਅੰਮ੍ਰਿਤਪਾਲ ਜਿੱਤ ਗਏ ਨੇ, ਹਾਂਜੀ ਚਲੋ ਉਹ ਲੋਕਾਂ ਦਾ ਫਤਵਾ ਹੈਗਾ ਕੁਝ ਟਾਈਮ ਪਹਿਲਾਂ। ਜੇ ਹਾਂਜੀ ਅੰਮ੍ਰਿਤਪਾਲ ਦੀ ਗੱਲ ਕਰੀਏ ਸਾਨੂੰ ਨਹੀਂ ਪਤਾ ਉਹ ਸਹੀ ਹੈ ਗਲਤ ਹਾਂਜੀ ਹੈ ਹਾਂਜੀ ਹਾਂਜੀ ਕੀ ਹੈਗਾ, ਪਰ ਜੇ ਲੋਕਾਂ ਦਾ ਵਹਾਅ ਦੇਖੀਏ ਤਾਂ ਕੁਝ ਮਹੀਨੇ ਪਹਿਲਾਂ ਉਹਨੂੰ, ਸਾਲ ਪਹਿਲਾਂ ਸਰਕਾਰ ਨੇ ਅੱਤਵਾਦੀ ਜਾਂ ਬਹੁਤ ਕੁਝ ਇਲਜ਼ਾਮ ਲਾ ਕੇ ਉਹਤੇ NSA ਲਾ ਕੇ ਜੇਲ੍ਹ 'ਚ ਬੰਦ ਕਰਤਾ। ਹਾਂਜੀ ਪਰ ਲੋਕ ਹੁਣ ਦੇਖਿਆ ਜਾਂਦਾ ਤਾਂ ਲੋਕ ਉਹਦੇ ਨਾਲ ਖੜੇ ਆ ਕਿ ਉਹ ਜਿਹੜੀ ਸਰਕਾਰ ਲੋਕਾਂ ਨੇ ਚੁਣੀ ਸੀ ਉਸੇ ਨੇ ਉਸ ਨੂੰ ਦੇਸ਼ ਧਰੋਹੀ ਦਾ ਫਤਵਾ ਦਿੱਤਾ ਤੇ ਲੋਕਾਂ ਨੇ ਹੁਣ ਦੁਬਾਰਾ ਉਸ ਨੂੰ ਚੁਣ ਲਿਆ ਹੈਗਾ। ਇਹਦੇ 'ਚ ਤੁਸੀਂ ਕੀ ਫਰਕ ਸਮਝਦੇ ਹੋ? ਫਿਰ ਤਾਂ ਇੱਕ ਤਾਂ ਇਹ ਤਾਂ ਆਪਾਂ ਲੋਕਤੰਤਰ ਦੀ, ਉਹਦੇ 'ਚ ਤਾਂ ਚਲੋ ਐਵੇਂ ਮਾਸਟਰ ਤਾਰਾ ਸਿੰਘ ਦੀ ਕਹਿੰਦੇ ਕਮੀ ਰਹਿ ਗਈ ਆ, ਹਾਂਜੀ ਉਹਨਾਂ ਨੇ ਪੰਜਾਬ ਲਈ ਕੋਈ ਹੱਕਾਂ ਲਈ ਬੋਲਿਆ ਨਹੀਂ ਹੈਗਾ ਤੇ ਉਹ ਨਹੀਂ ਰੱਖੀ। ਪਰ ਗੱਲ ਅਸੀਂ ਲੋਕਤੰਤਰ ਦੀ ਜਦੋਂ ਕਰਦੇ ਹਾਂ, ਲੋਕਤੰਤਰ 'ਚ ਤਾਂ ਲੋਕਾਂ ਨੂੰ ਹੱਕ ਹੈ, ਜਿਹੜੇ ਨੁਮਾਇੰਦੇ ਚੁਣ ਕੇ ਭੇਜਦੇ ਉਹ ਲੋਕ ਸਭਾ 'ਚ ਬੈਠਦੇ ਆ, ਗੱਲ ਰੱਖਦੇ ਆ। ਤੁਸੀਂ ਉਦੋਂ ਦੇ ਵੋਟਾਂ ਦੀ ਗੱਲ ਕੀਤੀ ਹੈ ਵੀ ਉਦੋਂ ਕੈਂਸਲ ਕਰਤੀਆਂ ਅਚਾਨਕ, ਹਾਂਜੀ, ਪਰ ਉਸ ਤੋਂ ਬਾਅਦ ਇੱਕ ਕਹਿੰਦੇ ਦੌਰ ਇਹੋ ਜਿਹਾ ਵੀ ਆਇਆ ਸੀਗਾ ਕਿ ਵਿਧਾਨ ਸਭਾ ਦੀਆਂ ਚੋਣਾਂ ਹੋਊਗਾ, ਕਿਸੇ ਨੂੰ 100-150 ਵੋਟ ਪਏ, ਉਹ ਚੁਣੇ ਗਏ ਨੁਮਾਇੰਦੇ ਜਦੋਂ MLA ਬਣ ਗਏ, ਸਰਕਾਰ ਚਲਾਉਣ ਲੱਗ ਗਏ। ਇੱਕ ਗੱਲ ਇਹ ਸਪਸ਼ਟ ਕਰੋ ਜੀ ਵੀ ਕਿਹਾ ਜਾਂਦਾ ਲੋਕਾਂ ਦੀ, ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਲੋਕਤੰਤਰ ਕਿਹਾ ਜਾਂਦਾ? ਹਾਂਜੀ, ਲੋਕਾਂ ਦਾ ਕਿਤੇ ਬਹੁਮਤ ਵੀ ਦੇਖਿਆ ਜਾਂਦਾ? ਮੰਨ ਕੇ ਚਲੋ ਤੁਸੀਂ 170-180 ਵੋਟਾਂ ਦੀ ਗੱਲ ਕੀਤੀ ਆ ਵੀ MLA ਚੁਣਿਆ ਗਿਆ ਉਦੋਂ ਬਣ ਗਿਆ, ਪਰ ਜੇ ਦੇਖੀਏ ਤਾਂ ਉਹਦੇ ਵਿੱਚ ਤਾਂ ਇਹ ਹੋ ਗਿਆ ਵੀ 1% ਦੇ ਲਗਭਗ ਹੀ ਬਣਦੀ ਹੋਊ ਵੋਟ, 99% ਤਾਂ ਉਹਦੇ ਵਿਰੁੱਧ ਸੀਗੇ, ਉਹ ਬੰਦਾ MLA ਬਣਦਾ ਜਿਹੜੇ ਉਸ ਟਾਈਮ MP ਚੁਣੇ ਗਏ। ਹਾਂਜੀ, ਜਦੋਂ ਤੁਸੀਂ ਵੋਟਾਂ ਘੱਟ ਦੀ ਗੱਲ ਕਰਦੇ ਹੋ, ਹਾਂਜੀ ਹਾਂਜੀ, ਉਹ ਸਰਕਾਰ ਦੇ ਨਾਲ ਸੀ ਜਾਂ ਓਪੋਜਿਟ ਧਿਰ 'ਚ ਬੈਠੇ, ਤਾਂ ਇਹ ਵੀ ਕਹਿ ਸਕਦੇ ਹਾਂ ਵੀ ਉਹ ਸੈਂਟਰ 'ਚ ਕਾਂਗਰਸ ਸਰਕਾਰ ਬਣ ਗਈ ਸੀ। ਹਾਂਜੀ, ਉਹਨੇ ਆਪਦੇ MP ਫਿਰ 2-3 ਮਹੀਨੇ ਬਾਅਦ ਚੁਣੇ ਆ ਪੰਜਾਬ 'ਚੋਂ, ਹਾਂਜੀ, ਤਾਂ ਇੱਕ ਤਰ੍ਹਾਂ ਨਾਲ ਉਹ ਇਹ ਸੀਗਾ ਉਹਨਾਂ ਨੇ ਆਪਦੇ ਆਪ ਹੀ ਬਣਾ ਲਏ। ਹਾਂਜੀ, ਤੇ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਸੀਗੇ ਜੀ, ਵਿਧਾਨ ਸਭਾ 'ਚ ਵੀ ਕਾਂਗਰਸ ਦੀ ਸਰਕਾਰ ਬਣ ਜਾਂਦੀ ਆ, ਉਹ ਕਿੰਨੇ ਸਾਲ ਫਿਰ ਪੂਰੇ ਚੱਲੀ ਜੀ? ਨਹੀਂ, ਇਹਦੇ ਵਿੱਚ ਪਿਛਲੇ ਸਮਿਆਂ 'ਚ ਕੀ ਹੋ ਗਿਆ ਲੋਕਾਂ ਦੀ ਜਦੋਂ ਆਵਾਜ਼ ਉੱਠੀ, ਇੱਕ ਲਾਸਟ ਦੇ ਉੱਤੇ ਆਪਸ਼ਨ ਨੋਟਾਂ ਦਾ ਲਾਤਾ। ਹਾਂਜੀ, ਹੁਣ ਉਹ ਨੋਟਾਂ ਦੇ ਲੱਗਣ ਦੇ ਨਾਲ ਕੀ ਹੋ ਗਿਆ ਵੀ ਕਈ ਲੋਕਾਂ ਨੂੰ ਕੋਈ ਵੀ ਉਮੀਦਵਾਰ ਨਹੀਂ ਪਸੰਦ ਹੈਗਾ, ਉਹ ਨੋਟਾਂ ਦਾ ਬਟਨ ਵੀ ਦਬਾ ਦਿੰਦੇ ਆ, ਪਰ ਉਸ ਦਾ ਕੋਈ ਫਾਇਦਾ ਹੈਗਾ ਜੇ ਉਹਦਾ 20-30 ਜਿੰਨੇ ਵੀ % ਦਬਾ ਦਿੰਦੇ ਆ, ਜੇ ਵੱਧ ਤੋਂ ਵੱਧ ਵੀ ਨੋਟਾਂ ਦਬਾਇਆ ਜਾਂਦਾ, ਪਰ ਜਿੱਤਣਾ ਤਾਂ ਉਸੇ ਆ ਜਿਸ ਨੂੰ ਵੱਧ ਵੋਟਾਂ ਪੈਂਗੀਆਂ ਜੇ ਨੋਟਾਂ ਨੂੰ ਵੱਧ ਪੈ ਜਾਂਦੀਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਗੱਤਕਾ ਗਲੋਬਲ TV ਦੇ ਨਾਲ, ਤੇ ਅੱਜ ਅਸੀਂ ਜਿਹੜੀ ਗੱਲਬਾਤ ਕਰਾਂਗੇ ਉਹ ਕਰਾਂਗੇ ਲੋਕਤੰਤਰ ਤੇ। ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਦੇ ਵਿੱਚ ਮੰਨਿਆ ਜਾਂਦਾ, ਚਾਹੇ ਉਸ ਨੂੰ ਵੋਟਾਂ ਪੱਖੋਂ ਦੇਖਿਆ ਜਾਵੇ ਜਾਂ ਸਹੂਲਤਾਂ ਪੱਖੋਂ, ਇਹ ਤਾਂ ਜਨਤਾ ਨੇ ਫੈਸਲਾ ਕਰਨਾ ਹੁੰਦਾ। ਪਰ ਲੋਕਤੰਤਰ ਦੇ ਕਈ ਪਹਿਲੂ ਹੁੰਦੇ ਨੇ। ਹੁਣੇ ਲੋਕਤੰਤਰ ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਵੋਟਾਂ ਨੇ ਉਹ ਪੈ ਕੇ ਹਟੀਆਂ ਨੇ, ਉਹਦੇ ਵਿੱਚ ਜੇ ਪੰਜਾਬ ਤੋਂ ਗੱਲ ਕਰੀਏ ਤਾਂ ਅੰਮ੍ਰਿਤਪਾਲ ਸਿੰਘ ਆ ਜਿਹੜਾ ਉਹ ਜੇਲ੍ਹ ਦੇ ਵਿੱਚ ਬੈਠਾ ਜਿੱਤ ਗਿਆ, ਜੰਮੂ ਕਸ਼ਮੀਰ ਤੋਂ ਵੀ ਇੱਕ ਜਿਹੜਾ ਮੈਂਬਰ ਪਾਰਲੀਮੈਂਟ ਆ ਉਹ ਜੇਲ੍ਹ ਦੇ ਵਿੱਚ ਹੈ, ਜਿੱਤ ਕੇ ਗਿਆ। ਇਹ ਲੋਕਤੰਤਰ ਦੀ ਖੂਬਸੂਰਤੀ ਵੀ ਹੈਗੀ ਆ, ਤੇ ਲੋਕਤੰਤਰ ਦੇ ਕਈ ਅਜਿਹੇ ਪੱਖ ਵੀ ਹੈਗੇ ਆ ਜਿਨ੍ਹਾਂ ਤੋਂ ਆਮ ਜਨਤਾ ਨੂੰ ਆਸਾਂ ਉਮੀਦਾਂ ਹੁੰਦੀਆਂ ਪਰ ਉਹ ਪੂਰੇ ਨਹੀਂ ਉਤਰਦੇ। ਇਸ ਵਿਸ਼ੇ ਦੇ ਉੱਪਰ ਲੋਕਤੰਤਰ ਕੀ ਹੈ, ਕਿਸ ਤਰ੍ਹਾਂ ਚੱਲਦਾ, ਗੱਲਬਾਤ ਕਰਾਂਗੇ ਮਾਸਟਰ ਮਾਨ ਸਿੰਘ ਜੀ ਦੇ ਨਾਲ, ਜਿਨ੍ਹਾਂ ਨੇ ਪੰਜਾਬ ਦਾ ਜਿਹੜਾ ਜਿਹਨੂੰ ਕਾਲਾ ਦੌਰ ਕਹਿ ਦਿੱਤਾ ਜਾਂਦਾ ਸਰਕਾਰਾਂ ਦੁਆਰਾ, ਉਹ ਵੀ ਦੇਖਿਆ ਹੋਇਆ, ਦੇਖਿਆ ਹੀ ਨਹੀਂ ਆਪਣੇ ਤਨ 'ਤੇ ਵੀ ਹੰਢਾਇਆ,
ਗੱਲ ਕਰਾਂਗੇ ਮਾਸਟਰ ਮਾਨ ਸਿੰਘ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੇ ਲੋਕਤੰਤਰ ਦੀ ਗੱਲ ਕਰੀਏ ਮਾਸਟਰ ਜੀ, ਤਾਂ ਤੁਸੀਂ ਕੀ ਪਰਿਭਾਸ਼ਾ ਸਮਝਦੇ ਹੋ ਲੋਕਤੰਤਰ ਦੀ ਆਪਦੇ ਐਕਸਪੀਰੀਅੰਸ ਦੇ ਨਾਲ? ਜੇ ਆਪਣੇ ਭਾਰਤੀ ਸੰਵਿਧਾਨ ਦੇ ਅਨੁਸਾਰ ਹਾਂਜੀ ਡਾਕਟਰ ਅੰਬੇਦਕਰ ਜੀ ਨੇ ਜੋ ਲੋਕਤੰਤਰ ਨੂੰ ਸੰਵਿਧਾਨ 'ਚ ਲਿਖ ਕੇ ਇੱਕ ਲੋਕਾਂ ਮੂਹਰੇ ਪੇਸ਼ ਕੀਤਾ, ਲੋਕਤੰਤਰ ਦੀ ਸਰਕਾਰ, ਲੋਕਾਂ ਦੀ ਚੁਣੀ ਸਰਕਾਰ ਜੀ, ਲੋਕਾਂ ਦੇ ਮੂਹਰੇ ਜਵਾਬ ਦੇ ਸਰਕਾਰ, ਅਸੀਂ ਤਾਂ ਲੋਕਤੰਤਰ ਇਹ ਹੈ। ਪਰ ਲੋਕਾਂ ਦੀ ਚੁਣੀ ਹੋਈ ਸਰਕਾਰ ਜੀ ਅਤੇ ਜਾਂ ਉੱਪਰ ਜਿਹਦੀ ਇੱਕ ਵਾਰੀ ਸਰਕਾਰ ਬਣ ਜਾਂਦੀ ਹੈ ਉਹ ਲੋਕਤੰਤਰ ਨੂੰ ਭੁੱਲ ਕੇ ਉਹ ਡਿਕਟੇਟਰਸ਼ਿਪ 'ਚ ਪੈ ਜਾਂਦੀ। ਹਾਂਜੀ, ਮੈਂ ਇਹਦੀ ਉਦਾਹਰਣ ਇਹ ਦੇਣਾ ਕਿ ਚਲੋ 1985 'ਚ ਪੰਜਾਬ ਜਦੋਂ ਕਾਲਾ ਦੌਰ ਵੀ ਸੀ, 84 ਹਰਿਮੰਦਰ ਸਾਹਿਬ ਦੇ ਅਟੈਕ ਵੀ, 1985 'ਚ ਵੀ ਇਲੈਕਸ਼ਨ ਹੋਈ ਜੀ, ਜਿਹਦੇ 'ਤੇ ਸੰਤ ਸੱਜਣ ਸਿੰਘ ਲੌਂਗੋਵਾਲ ਨੇ ਸਮਝੌਤਾ ਵੀ ਕੀਤਾ ਸੀ। ਹਾਂਜੀ, ਹੁਣ ਪਿਓਰ ਲੋਕਤੰਤਰੀ ਕਰ ਦਿੰਦਾ ਪਾਰਲੀਮੈਂਟ 'ਚ ਸਮਝੌਤਾ ਪਾਸ ਹੋਇਆ, ਸੰਤ ਲੌਂਗੋ ਨੇ ਸਮਝੌਤਾ ਪੰਜਾਬੀ ਬੋਲਦੇ ਇਲਾਕੇ ਬਾਰੇ ਸੰਬੰਧ 'ਚ ਹੋਇਆ ਹੋਇਆ ਜੀ, ਚੰਡੀਗੜ੍ਹ ਪੰਜਾਬ ਦੇਣਾ ਕੀਤਾ, ਠੀਕ ਹੈ, ਜੇਲ੍ਹਾਂ 'ਚ ਨਜਾਇਜ਼ ਜਿਹੜੇ ਬੱਚੇ ਬੈਠੇ ਉਹਨੂੰ ਛੱਡਣ ਦਾ ਆਖਿਆ ਹੋਇਆ, ਪੰਜਾਬੀ ਬੋਲਦੇ ਇਲਾਕੇ ਤੱਕ ਵੀ ਉਹਨਾਂ ਨੂੰ ਦੇਣ ਦਾ ਜਿਹੜਾ ਸਮਝੌਤਾ ਹੋਇਆ ਸੀ ਹੋਇਆ ਸੀ ਜੀ। ਪਰ ਥੋੜ੍ਹੇ ਸਮੇਂ ਬਾਅਦ ਉਹ ਸਮਝੌਤਾ ਜਿਹੜਾ ਸੰਤ ਸੱਜਣ ਸਿੰਘ ਲੌਂਗੋਵਾਲ ਨੂੰ, ਹਾਂਜੀ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਸਮਝੌਤਾ ਮੁੱਕਰ ਗਿਆ, ਕਾਂਗਰਸ ਉੱਥੇ ਹੀ ਮੁੱਕਰ ਗਈ, ਬੇਈਮਾਨ ਵੀ ਹੋ ਗਈ ਉਸ ਤੋਂ ਬਾਅਦ। ਠੀਕ ਹੈ। ਦੂਸਰਾ ਲੋਕਤੰਤਰ ਜਿਵੇਂ 1991 'ਚ ਇਲੈਕਸ਼ਨ ਹੋਈ, ਹਾਂਜੀ, ਜਿਹਦੇ ਵਿੱਚ ਸਾਰੇ ਜਿੱਥੇ ਆਲ ਇੰਡੀਆ ਸਟੇਟ ਸਟੂਡੈਂਟ, ਸਿਮਰਤ ਮਾਨ, ਅਕਾਲੀ ਦਲ, ਉਹ ਸਾਰੇ ਕੱਲ੍ਹ ਇਲੈਕਸ਼ਨ ਲੜੀਆਂ ਜੀ। ਉਹਦੇ ਵਿੱਚ ਇੱਕ ਇੱਕ ਡੇਢ ਡੇਢ ਮਹੀਨਾ ਲੋਕਾਂ ਨੇ ਪ੍ਰਚਾਰ ਕੀਤਾ, ਲੋਕਾਂ 'ਚ ਗਏ, ਲੋਕਾਂ 'ਚ ਆਪਦਾ ਏਮ ਲੈ ਕੇ ਗਏ, ਲੋਕਾਂ 'ਚ ਆਪਦੀ ਆਵਾਜ਼ ਲੈ ਕੇ ਗਏ, ਲੋਕਾਂ ਦੇ ਆਉਣ ਵਾਲੇ ਸਮੇਂ 'ਚ ਗੱਲ ਵੀ ਕੀਤੀ। ਹੋ ਸਕਦਾ ਵੀ ਜਦੋਂ ਆਲ ਇੰਡੀਆ ਸਟੇਟ ਨੇ ਇਲੈਕਸ਼ਨ ਲੜੀ ਤਾਂ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਉਹ ਵੀ ਲੋਕ ਡੇ ਸੀ ਜਿਹੜੇ ਜੇਲ੍ਹਾਂ 'ਚ ਬੈਠੇ ਸੀ, ਜਿਨ੍ਹਾਂ ਨੂੰ ਕਹਿੰਦੇ ਅੱਤਵਾਦੀ ਹੈ, ਖਾੜਕੂਵਾਦੀ, ਉਹ ਉਹਨਾਂ ਨੇ ਇਲੈਕਸ਼ਨ ਵੀ ਲੜੀ, ਜੇਲ੍ਹ 'ਚ ਬੈਠੇ ਨੇ ਉਦੋਂ। ਹਾਂਜੀ। ਅਤੇ ਸਰਕਾਰ ਨੇ ਜਦੋਂ ਮਹੀਨਾ ਇੱਕ ਡੇਢ ਡੇਢ ਮਹੀਨਾ ਜਦੋਂ ਪ੍ਰਚਾਰ ਹੀ ਕਰ ਲਿਆ, ਉਸ ਤੋਂ ਬਾਅਦ ਕੀ ਕੀਤਾ, ਰਾਤੋ ਰਾਤ ਹੀ ਇਲੈਕਸ਼ਨ ਕੈਂਸਲ ਕਰ ਦੇਣੀ ਜੀ। ਸਵੇਰੇ ਜਦੋਂ ਬੂਥ ਤੇ ਗਏ ਸਾਰਾ ਸਟਾਫ ਉੱਥੇ ਬੈਠਾ, ਲੋਕ ਲਾਈਨ 'ਚ ਲੱਗ ਕੇ ਖੜੇ ਹੋਏ ਸੀ, ਤੇ ਉਦੋਂ ਜਦੋਂ ਕਨਫਰਮੇਸ਼ਨ ਹੋਣ ਲੱਗੀ ਵੀ ਤੇ ਮੈਂ ਵੀ ਆਪ ਉੱਥੇ ਬੂਥ 'ਚ ਖੜਾ ਸੀ, ਮੈਂ ਉਦੋਂ ਲੋਕ ਸਭਾ ਬਠਿੰਡਾ ਤੋਂ ਮੈਨੂੰ ਟਿਕਟ ਮਿਲੀ ਸੀ 1991 'ਚ ਜੀ, ਆਲ ਇੰਡੀਆ ਸਟੇਟ ਫੈਡਰੇਸ਼ਨ ਵੱਲੋਂ, ਮੈਂ ਵੀ ਬੂਥ ਤੇ ਗਿਆ ਸੀ ਵੀ ਚੈੱਕ ਕਰ ਲਈ, ਤਾਂ ਉਹ ਤਾਂ ਮੁੜ ਕੇ ਜੀ ਜਦੋਂ ਲਾਈਨ ਲੱਗੀ ਸੀ ਲੋਕ ਕਹਿੰਦੇ ਉੱਪਰੋਂ ਜੀ ਬੀ ਬੀ ਸੀ ਦੇ ਲੈਂਡਰ ਦੀ ਖਬਰ ਆ ਗਈ ਜੀ ਵੀ ਇਲੈਕਸ਼ਨ ਕੈਂਸਲ ਹੋ ਗਈ। ਨਹੀਂ, ਤੁਸੀਂ ਉਸ ਸਮੇਂ ਕੈਂਡੀਡੇਟ ਸੀ ਲੋਕ ਸਭਾ ਦੇ? ਮੈਂ ਲੋਕ ਸਭਾ ਦੇ ਕੈਂਡੀਡੇਟ ਸੀ, ਚੋਣਾਂ ਲੜ ਰਹੇ ਸੀ, ਚੋਣਾਂ ਲੜ ਰਹੇ ਸੀ। ਠੀਕ ਹੈ ਜੀ। ਤੇ ਜਦੋਂ ਉੱਥੇ ਬੜੀ ਕਮ ਹਰਿਆਣੇ ਵਾਲੀ ਗੱਲ ਹੈ ਵੀ ਇਹ ਕਿਹੜਾ ਲੋਕਤੰਤਰ ਹੈ। ਅੱਛਾ, ਜਦੋਂ ਇਲੈਕਸ਼ਨ ਹੀ ਡਿਕਲੇਅਰ ਕਰਤੀ, ਹਾਂਜੀ, ਉਦੋਂ ਸਾਡੇ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਸ਼੍ਰੀ ਚੰਦਰ ਸ਼ੇਖਰ ਜੀ ਸੀ ਉਦੋਂ, ਤੇ ਜਦੋਂ ਇਲੈਕਸ਼ਨ ਹੋ ਗਈ ਜਿਵੇਂ ਹੁਣ ਜੂਨ ਦਾ ਮਹੀਨਾ, ਹਾਂਜੀ, ਸਾਰੀਆਂ ਸਟੇਟਾਂ 'ਚ ਇਲੈਕਸ਼ਨ ਪਹਿਲਾਂ ਹੋ ਗਈ, ਪੰਜਾਬ 'ਚ ਐਂਡ 'ਚ ਕਰਾਈ, ਉਦੋਂ ਵੀ ਇਸ ਤਰ੍ਹਾਂ ਸੀ, ਸਾਰੀਆਂ ਸਟੇਟਾਂ ਦੀ ਇਲੈਕਸ਼ਨ ਪਹਿਲਾਂ ਕਰਾਤੀ, ਪੰਜਾਬ 'ਚ ਐਂਡ ਦੇ ਕਰਾਤੀ। ਨਹੀਂ, ਉਹ ਮਤਲਬ ਦੂਜੀਆਂ ਸਟੇਟਾਂ 'ਚ ਇਲੈਕਸ਼ਨ ਹੋ ਗਈ, ਇਲੈਕਸ਼ਨ ਹੋ ਗਈ ਸਾਰਿਆਂ 'ਚ, ਕੱਲੀ ਪੰਜਾਬ ਦੀ, ਪੰਜਾਬ 'ਚ ਰਹਿ ਗਈ, ਪੰਜਾਬ ਦੇ ਇਲੈਕਸ਼ਨ 'ਚ ਹੋ ਗਈ। ਉਦੋਂ ਉਹਨਾਂ ਨੇ ਆਪਦਾ ਜਿਹੜਾ ਸੀ ਜਿਹਨੂੰ ਪਾਰਟੀ ਨੇਤਾ ਕਹਿੰਦਾ ਵੀ ਨਰਸਿਮਾ ਰਾਓ ਚੁਣ ਲਿਆ, ਇਹ ਪੰਜਾਬ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਜਾਣੇ ਸੀ ਉਹ ਗਏ ਨਹੀਂ ਹੈਗੇ, ਗਏ ਨਹੀਂ ਸੀ ਪਾਰਲੀਮੈਂਟ, ਪੰਜਾਬ ਦੇ ਮੈਂਬਰ ਆਫ ਪਾਰਲੀਮੈਂਟ ਸੀ, ਪੰਜਾਬ ਦੇ ਵਿਧਾਨ ਸਭਾ ਦੇ ਲੋਕ ਸਭਾ ਇਕੱਠੀ ਇਲੈਕਸ਼ਨ ਸੀ ਜੀ, ਜਿਹੜੀ ਪੰਜਾਬ ਵਿਧਾਨ ਸਭਾ ਦੇ ਮੁੱਖ ਮੰਤਰੀ ਬਣਨਾ ਸੀ ਜਾਂ ਪੰਜਾਬ ਦੀ ਸਰਕਾਰ ਬਣਨੀ ਸੀ, ਲੋਕ ਸਭਾ ਦੇ ਮੈਂਬਰ ਚੁਣ ਕੇ ਉੱਪਰ ਜਾਣੇ ਸੀ ਜੀ, ਉਹ ਤਾਂ ਲਾਸਟ ਪੰਜਾਬ 'ਚ ਇਲੈਕਸ਼ਨ ਬਾਅਦ 'ਚ ਕਰਾਈ, ਤਾਂ ਉਦੋਂ ਪੁੱਤ ਰਾਤੋਂ ਰਾਤ ਕੈਂਸਲ ਕਰਤੀਆਂ ਜੋ ਕਿ ਸੰਵਿਧਾਨਿਕ ਤੌਰ 'ਤੇ ਵੀ ਗਲਤ ਹੈ। ਨਹੀਂ, ਉਹਦਾ ਕਾਰਨ ਕੀ ਬਣਿਆ, ਮਾਹੌਲ ਖਰਾਬ ਹੋ ਗਿਆ ਜਾਂ ਕੋਈ ਕੋਈ ਮਾਹੌਲ ਨਹੀਂ ਖਰਾਬ ਹੋਇਆ ਉਸ ਇਲੈਕਸ਼ਨ, ਕੋਈ ਕੁਛ ਨਹੀਂ, ਅਜੇ ਇੱਕ ਮਹੀਨਾ ਲੋਕਾਂ ਜੀ ਉਹ ਵਿਚਰ ਕੇ ਜਾ ਰਹੇ ਸੀ, ਵੋਟਾਂ ਮੰਗ ਰਹੇ ਸੀ, ਉਦੋਂ ਤਾਂ ਕੋਈ ਮਾਹੌਲ ਖਰਾਬ ਨਹੀਂ ਹੋਇਆ ਵੀ ਰਾਤੋਂ ਰਾਤ ਕਿਹੜਾ ਮਾਹੌਲ ਖਰਾਬ ਹੋ ਗਿਆ ਵੀ ਸਵੇਰੇ ਵੋਟਾਂ ਪੈਣੀਆਂ, ਤੇ ਉਹ ਹਾਂ ਇੱਕ ਵਜੇ ਜ਼ਰੂਰ ਉਹਨਾਂ ਨੂੰ ਬਹਿ ਗਏ ਵੀ ਉਹਨਾਂ ਨੂੰ ਇਹ ਸ਼ੱਕ ਹੋ ਗਿਆ ਸੀ ਵੀ ਕਿੱਥੇ ਨੌਜਵਾਨ ਦੀ ਸਰਕਾਰ ਜਿਹਨੂੰ ਆਲ ਇੰਡੀਆ ਸਟੇਟ ਫੈਡਰੇਸ਼ਨ ਵੀ ਕਹਿ ਦਿੰਦੇ ਆ, ਜਾਂ ਜੇਲ੍ਹਾਂ 'ਚ ਬੈਠੇ ਜਿਹੜੇ ਸੀ ਇਲੈਕਸ਼ਨ ਲੜੇ ਸੀ ਉਹਨਾਂ ਦੇ ਬਾਰੇ ਕਹਿ ਲਓ, ਜਾਂ ਉਦੋਂ ਦੀ ਇਹ ਹਵਾ ਸੀ ਵੀ ਕਿਤੇ ਇਲੈਕਸ਼ਨ ਜਿੱਤ ਗਏ
ਪੰਜਾਬ ਦਾ ਮਾਹੌਲ ਨਾ ਖਰਾਬ ਨਹੀਂ, ਇਹ ਲੋਕਤੰਤਰ ਥੋੜਾ ਨਹੀਂ। ਫਿਰ ਉਸ ਸਮੇਂ 12 ਸੀਟਾਂ ਸੀ, 13 ਸੀ, ਕਿੰਨੀਆਂ? 13 ਲੋਕ ਸਭਾ ਦੀ ਸੀਟਾਂ ਸੀ, ਹਾਂਜੀ, 117 ਪੰਜਾਬ ਵਿਧਾਨ ਸਭਾ। ਫਿਰ ਉਹ 13 ਜਾ ਵੜੇ ਜੇ ਮੰਨ ਕੇ ਚੱਲੋ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, 13 ਦੇ 13 ਚੁਣ ਕੇ ਚਲੇ ਜਾਂਦੇ, ਹਾਂਜੀ ਹਾਂਜੀ, ਉਹਦੇ ਨਾਲ ਸਰਕਾਰ ਸੈਂਟਰ ਸਰਕਾਰ 'ਚ ਤਾਂ ਕੋਈ ਬਹੁਤਾ ਪ੍ਰਭਾਵ ਨਹੀਂ ਪਿਆ, 13 ਤੋਂ ਕੋਈ ਫਰਕ ਹੀ ਨਹੀਂ ਪੈਣਾ ਸੀ। ਜਦੋਂ 543 ਸੀਟਾਂ ਹੈ, ਜੇ ਜੋ 13 ਚੁਣ ਕੇ ਵੀ ਜਾ ਵੜਦੇ ਜਾਂ 10 ਵੀ ਚੁਣ ਕੇ ਜਾ ਵੜਦੇ ਤਾਂ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਸੀ। ਤੇ ਜੇ ਨਾ ਵੀ, ਵੈਸੇ ਜੇ ਆਪਾਂ ਲੋਕਤੰਤਰ ਦੀ ਗੱਲ ਕਰਦੇ ਆ, ਨਾ ਵੀ ਪੈਂਦਾ ਤਾਂ ਲੋਕਾਂ ਨੇ ਫਤਵਾ ਦੇਤਾ, ਹਾਂਜੀ, ਜਿਨ੍ਹਾਂ ਨੂੰ ਵੀ ਦੇਤਾ, ਹਾਂਜੀ, ਉਹਨਾਂ ਨੇ ਤਾਂ ਜਾ ਕੇ ਲੋਕ ਸਭਾ 'ਚ ਬੈਠਣਾ ਹੀ ਹੈਗਾ, ਬੈਠਣਾ ਹੀ ਸੀ, ਉਹਨਾਂ ਦਾ ਹੱਕ ਹੈ। ਫਿਰ ਇਹ ਉਹ ਲੋਕਤੰਤਰ ਤਰੀਕੇ ਨਾਲ ਜਾ ਰਹੇ ਸੀ, ਕੈਂਸਲ ਕਰਨ ਦਾ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਉਦੋਂ ਕੈਂਡੀਡੇਟ ਸੀ, ਕਿਉਂ ਹੋਣਾ ਕੈਂਸਲ? ਉਹਦੀ ਜੋ TN ਸੈਸ਼ਨ ਸੀ ਜੀ, ਜਿਹੜਾ ਸੀ, ਮੈਂ ਕਹਿੰਦਾ ਵੀ ਸਭ ਤੋਂ ਵੱਡੀ ਗਲਤੀ ਉਹਦੀ ਚੋਣ ਕਮਿਸ਼ਨਰ ਦੀ। ਠੀਕ ਹੈ ਜੀ, ਚੋਣ ਕਮਿਸ਼ਨਰ ਜਿਹੜਾ ਵੀ ਇੱਕ ਦਿਨ ਰਾਤ ਨੂੰ 12 ਵਜੇ ਤੋਂ ਪਹਿਲਾਂ ਕੈਂਸਲ ਕਰ ਦਿੰਦਾ, ਤੇ ਇਹਦੇ ਤਾਂ ਚੋਣ ਕਮਿਸ਼ਨਰ ਦੀ ਜਿਹੜੀ ਸੰਵਿਧਾਨਿਕ ਤੌਰ ਤੇ ਉਹਦੀ ਬਹੁਤ ਵੱਡੀ ਗਲਤੀ ਹੈ। ਚੋਣ ਕਮਿਸ਼ਨਰ ਕਮਿਸ਼ਨਰ ਹੈ ਜਿਹੜਾ, ਉਹਨੂੰ ਵੀ ਤਾਂ ਮੌਜੂਦਾ ਜਿਹੜੀਆਂ ਸਰਕਾਰਾਂ ਜਾਂ ਪਿੱਛੇ ਰਹੀਆਂ, ਪਿਛਲੀ ਸਰਕਾਰ ਜਿਹੜੇ ਬੈਕਸੀ ਉਹ ਕਰਦੀ ਹੈ, ਉਹਨਾਂ ਨੂੰ ਦਬਾਅ ਪਾ ਕੇ ਪ੍ਰੈਸ਼ਰ ਕਰਕੇ ਉਹ ਕੈਂਸਲ ਕਰਵਾਈਆਂ। ਕੈਂਸਲ ਇਸ ਕਰਕੇ ਕਰਵਾਈਆਂ ਵੀ ਨੌਜਵਾਨਾਂ ਦੀ ਸਰਕਾਰ ਆ ਜੀ, ਜਾਂ ਉਹ ਅੱਤਵਾਦੀ ਕਹਿੰਦੇ ਜੀ, ਉਹ ਅੱਜ ਵੀ ਕਹਿੰਦੇ ਇਹ ਅੱਤਵਾਦੀ ਸਰਕਾਰ ਆ ਜੂ ਜੀ, ਵੱਖਵਾਦੀਆਂ ਦੀ ਸਰਕਾਰ ਆ ਜੀ। ਸੂਬਿਆਂ 'ਚ ਕੈਂਸਲ ਹੋ ਗਈਆਂ ਜੀ, ਭੁੱਲੀ ਭੁੱਲੀ ਪੰਜਾਬ 'ਚ ਹੋਈ ਹੈ ਜੀ, ਬਾਕੀ ਕਿਸੇ 'ਚ ਹੋਈ ਨਹੀਂ। ਫਿਰ ਇੱਕ ਜੇ ਦੇਖਿਆ ਜਾਵੇ, ਹੁਣ ਵੀ ਲੋਕਤੰਤਰ ਦੇ ਹਾਂਜੀ ਚੌਥਾ ਥੰਮ ਦੇ ਤੌਰ ਦੇ ਤੌਰ ਤੇ ਹੁਣ ਬੀਤ ਗਿਆ ਹੈਗਾ ਲੋਕਤੰਤਰ ਜਿਹੜਾ, ਉਸ ਤੋਂ ਮਨਾਇਆ ਗਿਆ ਸੀ ਹੁਣ ਤਾਂ, ਵੀ ਫਿਰ ਉਹਦੇ 'ਚ ਤਾਂ ਪੰਜਾਬ ਨੂੰ ਨੁਮਾਇੰਦਗੀ ਮਿਲੀ ਨਹੀਂ ਗੀ, ਮਿਲੀ ਨਹੀਂ। ਮੈਂ ਕਹਿੰਦਾ 22 ਸੂਬੇ 'ਚ ਇਲੈਕਸ਼ਨ ਹੋ ਗਈ, ਇੱਕ ਪੰਜਾਬ 'ਚ ਆ ਕੇ ਇਲੈਕਸ਼ਨ ਕੈਂਸਲ ਕਰ ਦੇਣਾ, ਇਹ ਕੋਈ ਲੋਕਤੰਤਰ ਤਾਂ ਨਹੀਂ ਜੀ। ਹਾਂ, ਦੂਜੇ ਦਾ ਵਿਤਕਰਾ ਹੈ ਪੰਜਾਬ ਦੇ ਲੋਕਾਂ ਨਾਲ ਇੱਕ ਕਿਸਮ ਦਾ। ਹੁਣ ਵੀ ਇਹ ਕਿਹਾ ਜਾਂਦਾ ਵੀ ਚਾਹੋ ਜੰਮੂ ਕਸ਼ਮੀਰ ਤੋਂ ਇੱਕ ਜੇਲ੍ਹ 'ਚ ਬੈਠੇ ਸ਼ਖਸ ਜਿੱਤ ਗਏ ਨੇ, ਅੰਮ੍ਰਿਤਪਾਲ ਜਿੱਤ ਗਏ ਨੇ, ਹਾਂਜੀ, ਚਲੋ ਉਹ ਲੋਕਾਂ ਦਾ ਫਤਵਾ ਹੈਗਾ ਕੁਛ ਟਾਈਮ ਪਹਿਲਾਂ। ਜੇ ਅੰਮ੍ਰਿਤਪਾਲ ਦੀ ਗੱਲ ਕਰੀਏ, ਸਾਨੂੰ ਨਹੀਂ ਪਤਾ ਉਹ ਸਹੀ ਹੈ ਗਲਤ ਹੈ ਕੀ ਹੈਗਾ, ਪਰ ਜੇ ਲੋਕਾਂ ਦਾ ਵਹਾਅ ਦੇਖੀਏ ਤਾਂ ਕੁਝ ਮਹੀਨੇ ਪਹਿਲਾਂ, ਉਹਨੂੰ ਸਾਲ ਪਹਿਲਾਂ ਸਰਕਾਰ ਨੇ ਅੱਤਵਾਦੀ ਜਾਂ ਬਹੁਤ ਕੁਛ ਇਲਜ਼ਾਮ ਲਾ ਕੇ ਉਹਤੇ NSA ਲਾ ਕੇ ਜੇਲ੍ਹ 'ਚ ਬੰਦ ਕਰਤਾ, ਪਰ ਲੋਕ ਹੁਣ ਦੇਖਿਆ ਜਾਂਦਾ ਤਾਂ ਲੋਕ ਉਹਦੇ ਨਾਲ ਖੜੇ ਆ ਕਿ ਉਹ ਜਿਹੜੀ ਸਰਕਾਰ ਲੋਕਾਂ ਨੇ ਚੁਣੀ ਸੀ ਉਸੇ ਨੇ ਉਸ ਨੂੰ ਦੇਸ਼ ਧਰੋਹੀ ਦਾ ਫਤਵਾ ਦਿੱਤਾ, ਤੇ ਲੋਕਾਂ ਨੇ ਹੁਣ ਦੁਬਾਰਾ ਉਸ ਨੂੰ ਚੁਣ ਲਿਆ ਹੈਗਾ, ਇਹਦੇ 'ਚ ਤੁਸੀਂ ਕੀ ਫਰਕ ਸਮਝਦੇ ਹੋ? ਮੈਂ ਪਹਿਲਾਂ ਮੈਂ ਸੈਂਟਰ ਸਰਕਾਰ ਜੋ ਕੋਈ ਵੀ ਆਈ ਹੈ ਨਾ ਜੀ, ਹਾਂਜੀ, ਉਹਨਾਂ ਨੂੰ ਮੈਨੂੰ ਸਮਝ ਨਹੀਂ ਆਈ ਪੰਜਾਬ ਵਾਲਿਆਂ ਦੀ ਕੋਈ ਐਲਰਜੀ ਹੈ ਜੀ ਪੰਜਾਬੀ ਵਾਲੇ ਤੋਂ, ਖਾਸ ਕਰਕੇ ਹਾਂ ਉਹ ਐਲਰਜੀ ਹੈ ਵੀ ਜਦੋਂ ਭਾਰਤ ਨੂੰ ਦੇਸ਼ ਨੂੰ ਆਜ਼ਾਦ ਕਰਾਇਆ ਸਭ ਤੋਂ ਵੱਧ ਕੁਰਬਾਨੀ ਪੰਜਾਬੀਆਂ ਦੀ ਸੀ, ਹਾਂਜੀ, ਜਦੋਂ ਭਾਰਤ ਲਿਆ ਕਿ ਅਸੀਂ ਇਕੱਠੇ ਰਹਿਣਾ, ਪੰਜ ਜਿਹੜੇ ਤੁਹਾਡੇ ਸਟੇਟਾਂ ਦੇ ਪੰਜਾਬੀਆਂ ਨੂੰ ਕਿਹਾ ਸਕਣ ਵੀ ਤੁਸੀਂ ਇਤਰਾਜ ਕਰੋਗੇ ਜੀ, ਜਦੋਂ ਉਹਨਾਂ ਦੇ ਨਾਲ ਰਲ ਕੇ ਸਮਝੌਤਾ ਕਰ ਲਿਆ, ਅੰਗਰੇਜ਼ਾਂ ਨੇ ਇਹ ਗੱਲ ਵੀ ਕਹੀ ਸੀ ਵੀ ਅਸੀਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਰਾਜ ਸਿੱਖਾਂ ਤੋਂ ਰਾਜ ਖੋਇਆ, ਸਿੱਖਾਂ ਨੇ ਲੜਾਈ ਲੜੀ ਆ, ਇਹਨੇ ਵੱਧ ਕੁਰਬਾਨੀ, ਸਿੱਖਾਂ ਨੂੰ ਅਸੀਂ ਅਲੱਗ ਸਟੇਟ ਦੇਣਾ, ਪਰ ਇੱਥੋਂ ਦੇ ਜਿਹੜੇ ਸਿੱਖਾਂ ਨੇ ਪੰਜਾਬੀਆਂ ਨੇ ਕਹਿੰਦੇ ਅਸੀਂ ਭਾਰਤੀ ਨਾ ਰਹਿਣਾ, ਪਰ ਇਹ ਸਮਝੌਤਾ ਨਹਿਰੂ ਸਮਝੌਤਾ ਹੋਇਆ ਸੀ ਵੀ ਜਿਹੜੀ 7 ਸਟੇਟਾਂ ਹੋਣਗੀਆਂ 8 ਸਟੇਟਾਂ ਦੇ ਉੱਥੇ ਪੰਜਾਬੀ ਦੇ ਸਿੱਖਾਂ ਦਾ ਰਾਜ ਰੂਗਾ, ਕੋਈ ਦਖਲ ਦਾ ਚੀਨ ਨੂੰ ਤੁਹਾਨੂੰ ਵੱਧ ਅਧਿਕਾਰ ਹੋਣਗੇ, ਤੇ ਨਾ ਦਿਨ ਸਮਝੌਤਾ ਹੋਣ ਤੋਂ ਬਾਅਦ ਤੇ ਨਾ ਦਿਨ ਉਹ ਵੀ ਮੁੱਕਰ ਗਏ। ਫਿਰ ਤਾਂ ਇੱਕ ਤਾਂ ਇਹ ਤਾਂ ਆਪਾਂ ਲੋਕਤੰਤਰ ਦੀ ਉਹਦੇ 'ਚ ਤਾਂ ਚਲੋ ਐਵੇਂ ਮਾਸਟਰ ਤਾਰਾ ਸਿੰਘ ਦੀ ਕਹਿੰਦੇ ਕਮੀ ਰਹਿ ਗਈ ਆ, ਉਹਨਾਂ ਨੇ ਪੰਜਾਬ ਲਈ ਕੋਈ ਹੱਕਾਂ ਲਈ ਬੋਲਿਆ ਨਹੀਂ ਹੈਗਾ ਤੇ ਉਹ ਨਹੀਂ ਰੱਖੀ, ਪਰ ਗੱਲ ਅਸੀਂ ਲੋਕਤੰਤਰ ਦੀ ਜਦੋਂ ਕਰਦੇ ਹਾਂ, ਲੋਕਤੰਤਰ 'ਚ ਤਾਂ ਲੋਕਾਂ ਨੂੰ ਹੱਕ ਹੈ, ਜਿਹੜੇ ਨੁਮਾਇੰਦੇ ਚੁਣ ਕੇ ਭੇਜਦੇ ਉਹ ਲੋਕ ਸਭਾ 'ਚ ਬੈਠਦੇ ਆ, ਗੱਲ ਰੱਖਦੇ ਆ। ਤੁਸੀਂ ਉਦੋਂ ਦੇ ਵੋਟਾਂ ਦੀ ਗੱਲ ਕੀਤੀ ਹੈ ਵੀ ਉਦੋਂ ਕੈਂਸਲ ਕਰਤੀਆਂ ਅਚਾਨਕ, ਹਾਂਜੀ, ਪਰ ਉਸ ਤੋਂ ਬਾਅਦ ਇੱਕ ਕਹਿੰਦੇ ਦੌਰ ਇਹੋ ਜਿਹਾ ਵੀ ਆਇਆ ਸੀਗਾ ਕਿ ਵਿਧਾਨ ਸਭਾ ਦੀਆਂ ਚੋਣਾਂ ਹੋਊਗਾ, ਕਿਸੇ ਨੂੰ 100-150 ਵੋਟ ਪਏ, ਉਹ ਚੁਣੇ ਗਏ ਨੁਮਾਇੰਦੇ MLA ਬਣ ਗਏ, ਸਰਕਾਰ ਚਲਾਉਣ ਲੱਗ ਗਏ। 1991 ਇਲੈਕਸ਼ਨ ਕੈਂਸਲ ਹੋ ਗਈ ਜੀ, ਉਸ ਤੋਂ ਬਾਅਦ 1992 ਦਾ ਇਲੈਕਸ਼ਨ ਡਿਕਲੇਅਰ ਕਰਤੀ ਚੋਣ ਕਮਿਸ਼ਨ ਨੇ, ਉੱਪਰ ਸਰਕਾਰ ਕਾਂਗਰਸ ਦੀ ਬਣ ਗਈ, ਉੱਪਰ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਬਣ ਗਏ, ਲੋਕ ਸਭਾ ਦਾ ਫਤਵਾ ਵੀ ਲਿਆ, ਲੋਕ ਸਭਾ ਦਾ ਵਿਧਾਨ ਸਭਾ ਦਾ ਦੋਨਾਂ ਦਾ ਜੀ। ਉਦੋਂ ਜਦੋਂ ਉਹਨਾਂ ਨੂੰ ਬਣ ਗਿਆ ਪ੍ਰਧਾਨ ਮੰਤਰੀ ਤੇ 1992 'ਚ ਇਹਨਾਂ ਨੇ ਪੰਜਾਬ 'ਚ ਇਲੈਕਸ਼ਨ ਦੁਆਰੇ ਕਰਾ ਦਿੱਤੇ,
ਨਹੀਂ ਲੋਕ ਸਭਾ ਦੀ ਕਰਵਾਈ ਜਾਂ ਲੋਕ ਸਭਾ ਵਿਧਾਨ ਸਭਾ ਦੋਨੇ ਇਕੱਠੇ ਦੋਨੇ ਰਹਿੰਦੀ ਸੀ ਹਾਂਜੀ ਉਹ ਕਰਾਤੀ ਤੇ ਉਦੋਂ ਵਿੱਚ ਜਿਹੜੇ ਦੂਜੀ ਪਾਰਟੀ ਉਹ ਸਾਰੀ ਬਾਈਕਾਟ ਕਰ ਗਏ ਉਹ ਕਹਿੰਦੇ ਵੀ ਜਦੋਂ ਅਸੀਂ ਇਲੈਕਸ਼ਨ ਲੜੀ ਸਾਡੀ ਰਾਤੋਂ ਰਾਤ ਕੈਂਸਲ ਕਰ ਦਿੱਤੀਆਂ ਅੱਜ ਇਹ ਇਲੈਕਸ਼ਨ ਕਰਾਉਂਦੇ ਅਸੀਂ ਬਾਈਕਾਟ ਕਰਦੇ ਹਾਂ ਉਦੋਂ ਸਾਰੀਆਂ ਬੇਸਿਕ ਜਿੰਨੀ ਅਕਾਲੀ ਦਲ ਸੀ ਜਾਂ ਹੋਰ ਪਾਰਟੀਆਂ ਸੀਗੀਆਂ ਖੇਤਰੀ ਪਾਰਟੀ ਸੀ ਉਹ ਸਾਰੀ ਬਾਈਕਾਟ ਕਰ ਗਈਆਂ ਇਲੈਕਸ਼ਨ ਨਹੀਂ ਲੜੀਆਂ ਜੀ ਤੇ ਇਕੱਲੇ ਕਾਂਗਰਸ ਨੇ ਇਲੈਕਸ਼ਨ ਲੜੀ ਆ ਜੇ ਜਿਹਦੇ ਜੋ ਬੇਅੰਤ ਸਿੰਘ ਮੁੱਖ ਮੰਤਰੀ ਬਣ ਤਾਂ ਮੇਰੇ ਖਿਆਲ ਦੀ ਲੋਕਤੰਤਰ 20% ਜੇ ਵੋਟ ਨਾ ਮਿਲੇ ਤੇ ਜਮਾਤ ਜ਼ਬਤ ਕਿਆ ਨਾ ਆਪਾਂ ਤੇ ਲੋਕ ਤਾਂ ਵੋਟ ਪੁਲਿਸ ਦੇ ਪਾਉਣੀ ਕੋਈ ਨਹੀਂ ਗਿਆ ਉਹ ਤਾਂ ਮੇਰੇ ਖਿਆਲ ਸਰਕਾਰੀ ਜੋ ਕਹਿ ਲਓ ਜੇ ਤੰਤਰ ਕਹਿ ਲਓ ਉਨੀ ਕੁ ਵੋਟਾਂ ਬਣ ਗਏ ਮੈਂ ਤਾਂ ਇਤਿਹਾਸ ਆ ਵੀ ਅਜੇ ਇਤਿਹਾਸ ਕੱਢ ਕੇ ਵੇਖ ਲਓ 100-100 ਵੋਟ ਤੇ 135 ਵੋਟਾਂ ਦੇ ਐਮਐਲਏ ਬਣੇ ਆ 135-140 ਵੋਟਾਂ ਦੇ ਉਹਦੇ ਐਮਐਲਏ ਪਿੰਡ ਦਾ ਮੈਂਬਰ ਨਹੀਂ ਬਣਦਾ ਤੇ 1-1 ਲੱਖ ਹੋ ਜਾਵੇ ਕਿ ਹਲਕੇ ਦੀ ਵੋਟ ਹੈ ਨਹੀਂ ਫਿਰ ਇੱਥੇ ਤਾਂ ਇਹ ਵੀ ਕਿਹਾ ਜਾਂਦਾ ਵੀ ਇਹੀ ਲੋਕਤੰਤਰ ਦੀ ਖੂਬਸੂਰਤੀ ਹੈ ਇਹ ਲੋਕਤੰਤਰ ਦੀ ਖੂਬਸੂਰਤੀ ਦੇਖੋ ਜੀ ਜਿੱਥੇ ਵੋਟ ਹੀ ਨਹੀਂ ਪਈ ਲੋਕਤੰਤਰ ਦੀ ਕਾਫੀ ਖੂਬਸੂਰਤੀ ਦੱਸੋ ਜੀ ਜਿੱਥੇ ਲੋਕਾਂ ਨੇ ਵੋਟ ਹੀ ਨਹੀਂ ਪਾਈ ਲੋਕਾਂ ਨੇ ਮੰਨਿਆ ਹੀ ਨਹੀਂ ਲੋਕਾਂ ਨੇ ਉਹਨਾਂ ਨੂੰ ਵੋਟ ਨਹੀਂ ਪਾਈ ਚੋਣਿਆ ਨਹੀਂ ਫਿਰ ਲੋਕਤੰਤਰ ਉਹ ਕਾਹਦੇ ਮਨਮੈਂਦੇ ਹੋ ਗਏ ਜੀ ਇੱਕ ਗੱਲ ਇਹ ਸਪਸ਼ਟ ਕਰੋ ਜੀ ਵੀ ਕਿਹਾ ਜਾਂਦਾ ਲੋਕਾਂ ਦੀ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਲੋਕਤੰਤਰ ਕਿਹਾ ਜਾਂਦਾ ਲੋਕਾਂ ਦਾ ਕਿਤੇ ਬਹੁਮਤ ਵੀ ਦੇਖਿਆ ਜਾਂਦਾ ਮੰਨ ਕੇ ਚਲੋ ਤੁਸੀਂ 170-180 ਵੋਟਾਂ ਦੀ ਗੱਲ ਕੀਤੀ ਆ ਵੀ ਐਮਐਲਏ ਚੁਣਿਆ ਗਿਆ ਉਦੋਂ ਬਣ ਗਿਆ ਪਰ ਜੇ ਦੇਖੀਏ ਤਾਂ ਉਹਦੇ ਵਿੱਚ ਤਾਂ ਇਹ ਹੋ ਗਿਆ ਵੀ 1% ਦੇ ਲਗਭਗ ਹੀ ਬਣਦੀ ਹੋਊ ਵੋਟ 99% ਤਾਂ ਉਹਦੇ ਵਿਰੁੱਧ ਸੀਗੇ ਉਹ ਬੰਦਾ ਐਮਐਲਏ ਬਣਦਾ ਉਹੀ ਹੈ ਨਾ ਵੀ ਲੋਕਤੰਤਰ ਦੀ ਖੂਬਸੂਰਤੀ ਸਾਡਾ ਸੰਵਿਧਾਨ ਤੇ ਇਹ ਕਹਿੰਦਾ ਨਾ ਜੀ ਬਹੁ ਗਿਣਤੀ ਵਾਲਾ ਜਿਹੜਾ ਆਪਾਂ ਜਿੱਤੇ ਡਿਕਲੇਅਰ ਕਰਦੇ ਹਾਂ ਬਹੁ ਗਿਣਤੀ ਵਾਲਾ ਆਪਾਂ ਨੇਤਾ ਚੁਣ ਲੈਂਦੇ ਹਾਂ ਬਹੁ ਗਿਣਤੀ ਵਾਲਾ ਐਮਐਲਏ ਦਾ ਆਪਣਾ ਮੁੱਖ ਮੰਤਰੀ ਬਣ ਜਾਂਦਾ ਬਹੁ ਗਿਣਤੀ ਲੋਕ ਸਭਾ ਦਾ ਮੈਂਬਰ ਪ੍ਰਧਾਨ ਮੰਤਰੀ ਬਣ ਜਾਂਦਾ ਤੇ ਇੱਥੇ ਤਾਂ ਬਹੁ ਗਿਣਤੀ ਲੋਕਾਂ ਨੇ ਵੋਟ ਹੀ ਨਹੀਂ ਪਾਈ ਇਹ ਤਾਂ ਫਿਰ ਹੁਣ ਵੀ ਚੱਲ ਰਿਹਾ ਨਾ ਹੁਣ ਵੀ ਜਿਹੜੇ ਮੌਜੂਦਾ ਸਰਕਾਰ ਚੁਣ ਲਈ ਆ ਉਹਦੇ ਚ ਵੀ 65-70% ਲੋਕ ਤਾਂ ਚਾਹੁੰਦੇ ਨਹੀਂ ਹੈਗੇ 33% ਵਾਲਿਆਂ ਨੇ ਸਰਕਾਰ ਬਣਾ ਲਈ 33% ਜੋ ਹੁੰਦਾ ਨਾ ਵੀ ਕਿ 1% ਦੀ ਵੋਟ ਨਹੀਂ ਪੈਣ ਲੋਕ ਤਾਂ ਕਰੋ ਵੋਟ ਪਾਉਣ ਗਏ ਹੀ ਨਹੀਂ ਲੋਕਾਂ ਨੇ ਪਿਓਰ ਹੀ ਬਾਈਕਾਟ ਕਰਤਾ ਨਾ ਜੀ ਜੇ 100-100, 200-200 ਵੋਟ ਪਈ ਹੈ ਤਾਂ ਉਹਨਾਂ ਨੇ ਬੂਥਾਂ ਦੇ ਵਿੱਚ ਜਿਹੜੇ ਰੂਟ ਲੱਗੇ ਉਹਨਾਂ ਨੇ ਆਪ ਹੀ ਸਰਕਾਰ ਨੇ ਪਾ ਲਿਆ ਜੀ ਲੋਕ ਤਾਂ ਗਏ ਨਹੀਂ ਜੀ ਲੋਕਾਂ ਨੇ ਤਾਂ ਮਾਨਤਾ ਹੀ ਦਿੱਤੀ ਸੀ ਨਾ ਜੀ ਇਹ ਤਾਂ ਲੋਕਤੰਤਰ ਦਾ ਕਹਾਣਾ ਫਿਰ ਉਹ ਸਰਕਾਰ 5 ਸਾਲ ਪੂਰੇ ਚੱਲੀ 5 ਸਾਲ ਪੂਰੀ ਚੱਲੀ ਹੈ ਤੇ ਜਿਹੜੇ ਉਸ ਟਾਈਮ ਐਮਪੀ ਚੁਣੇ ਗਏ ਹਾਂਜੀ ਜਦੋਂ ਤੁਸੀਂ ਵੋਟਾਂ ਘੱਟ ਦੀ ਗੱਲ ਕਰਦੇ ਹੋ ਹਾਂਜੀ ਉਹ ਸਰਕਾਰ ਦੇ ਨਾਲ ਸੀ ਜਾਂ ਓਪੋਜ਼ਿਟ ਧਿਰ ਚ ਬੈਠੇ ਉਹ ਸਰਕਾਰ ਦੀ ਕਾਂਗਰਸ ਸਰਕਾਰ ਇਥੋਂ ਬੜੇ ਉੱਪਰ ਹੀ ਕਾਂਗਰਸ ਸਰਕਾਰ ਸੀ ਇਥੋਂ ਕਾਂਗਰਸ ਹੀ ਜਿੱਤ ਗਈ ਬੇਅੰਤ ਸਿੰਘ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਿਆ ਜੀ ਉਹਦੇ ਬੇਅੰਤ ਦੇ ਦੌਰ ਹੁੰਦੇ ਤੁਸੀਂ ਵੇਖੋ ਫਿਰ ਕਿਹੜਾ ਦੌਰ ਚੱਲਿਆ ਪੰਜਾਬ ਦੇ ਵਿੱਚ ਨਹੀਂ ਫਿਰ ਤਾਂ ਇਹ ਵੀ ਕਹਿ ਸਕਦੇ ਹਾਂ ਵੀ ਉਹ ਸੈਂਟਰ ਚ ਕਾਂਗਰਸ ਸਰਕਾਰ ਬਣ ਗਈ ਸੀ ਹਾਂਜੀ ਉਹਨੇ ਆਪਦੇ ਐਮਪੀ ਫਿਰ 2 ਮਹੀਨੇ 3 ਮਹੀਨੇ ਬਾਅਦ ਚੁਣੇ ਆ ਪੰਜਾਬ ਚੋਂ ਹਾਂਜੀ ਤਾਂ ਇੱਕ ਤਰ੍ਹਾਂ ਨਾਲ ਉਹ ਇਹ ਸੀਗਾ ਉਹਨਾਂ ਨੇ ਆਪਦੇ ਆਪ ਹੀ ਬਣਾ ਲਏ ਉਹਨਾਂ ਨੇ ਕਾਂਗਰਸ ਸਰਕਾਰ ਉੱਪਰ ਬਣ ਗਈ ਉਹਨਾਂ ਨੇ ਕੈਂਸਲ ਕਰਾਈ ਹਾਂ ਉਹਨਾਂ ਨੇ ਸਾਲ ਬਾਅਦ ਇਲੈਕਸ਼ਨ ਕਰਾਤੀ ਤੇ ਉਹਨਾਂ ਨੇ ਆਪਦੀ ਚੌਂਕ ਦੇ ਉੱਤੇ ਭੇਜ ਕੇ ਲੈ ਗਈ ਤੇ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਸੀਗੇ ਜੀ ਵਿਧਾਨ ਸਭਾ 'ਚ ਵੀ ਕਾਂਗਰਸ ਦੀ ਸਰਕਾਰ ਬਣ ਜਾਂਦੀ ਆ ਉਹ ਕਿੰਨੇ ਸਾਲ ਫਿਰ ਪੂਰੇ ਚੱਲੀ ਜੀ ਉਹ ਪੂਰੇ 5 ਸਾਲ ਚੱਲੀ ਜੀ ਤੇ ਲੋਕ ਸਭਾ ਦੀ 5 ਸਾਲ ਚੱਲੀ ਲੋਕ ਸਭਾ ਦੀ 5 ਸਾਲ ਚੱਲੀ ਜੀ ਫਿਰ ਜਿਹੜੇ ਦੂਜੀਆਂ ਧਿਰਾਂ ਸੀਗੀਆਂ ਉਸ ਟਾਈਮ ਦੇ ਵਿੱਚ ਜਾਂ ਬਹੁਜਨ ਸਮਾਜ ਪਾਰਟੀ ਸੀਗੀ ਜਾਂ ਕਾਮਰੇਡ ਸੀਗੇ ਇਹਨਾਂ ਦੀਆਂ ਕੀ ਬਹੁਤ ਇਹਨਾਂ ਨੂੰ ਕਿੰਨੀਆਂ ਸੀਟਾਂ ਮਿਲੀਆਂ ਸੀ ਜਾਂ ਇਹਨਾਂ ਦਾ ਬਾਈਕਾਟ ਹੀ ਰਿਹਾ ਸੀ ਇਹ ਬਾਈਕਾਟ ਹੀ ਰਿਹਾ ਜੀ ਇਲੈਕਸ਼ਨ ਸ਼ਾਮਲ ਹੀ ਨਹੀਂ ਜੀ ਪੰਜਾਬ ਵਾਲੇ 'ਚ ਨਹੀਂ ਪੰਜਾਬ ਵਾਲੇ 'ਚ ਤੇ ਦੂਸਰੀਆਂ ਜਿਹੜੀਆਂ ਹੋਰ ਸਟੇਟਾਂ ਦੀਆਂ ਖੇਤਰੀ ਪਾਰਟੀਆਂ ਸਟੇਟਾਂ ਦੀ ਕਿੰਨੀ ਖੇਤਰੀ ਪਾਰਟੀਆਂ ਉਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਪਰ ਪੰਜਾਬ ਦੇ ਵਿੱਚ ਬਾਈਕਾਟ ਸੀ ਸਾਰੀ ਪਾਰਟੀਆਂ ਦਾ ਕੱਲੀ ਕਾਂਗਰਸ ਨੇ ਚੋਣ ਲੜੀ ਕਾਂਗਰਸ ਚੋਣ ਲੜੀ ਇਹਦਾ ਤਾਂ ਇਹ ਵੀ ਸੀਗਾ ਜੇ ਕਾਂਗਰਸ ਆਪਣੇ ਆਪ ਨੂੰ ਉਸ ਟਾਈਮ ਕੋਈ ਵੀ ਪਾਰਟੀ ਸੀਗੀ ਜਿਹੜੀ ਮੌਜੂਦੀ ਰੂਲ ਕਰ ਰਹੀ ਸੀ ਉਹ ਆਪਣੇ ਆਪ ਨੂੰ ਕਿਸੇ ਤਰੀਕੇ ਨਾਲ ਵੀ ਚੁਣ ਸਕਦੀ ਸੀ ਵੀ ਭਾਈ ਆ ਸਾਡੇ ਐਮਐਲਏ ਹੈਗੇ ਨਿਯੁਕਤ ਵੀ ਕਰ ਸਕਦੀ ਸੀ ਕਰ ਸਕਦੀ ਸੀ ਲੋਕਤੰਤਰ ਨੂੰ ਮੰਨਣਾ ਹੀ ਨਹੀਂ ਜਦੋਂ ਲੋਕਾਂ ਦੀ ਵੋਟ ਜਿਹੜੀ ਪੈਂਦੀ ਹੈ ਵੋਟਾਂ ਪਵਾਉਣੀ ਨਹੀਂ ਹੈ ਤੇ ਜਿਹਨੂੰ ਮਰਜ਼ੀ ਇਲੈਕਟ ਕਰ ਲੈਂਦੇ ਜਿਵੇਂ ਰਾਜ ਸਭਾ ਦੇ ਮੈਂਬਰ ਇਲੈਕਟ ਕਰ ਲੈਂਦੇ ਜਿਹਨੂੰ ਮਰਜ਼ੀ ਚੋਣ ਕਰ ਲੈਂਦੇ ਹੁਣ ਤੁਸੀਂ ਅੰਮ੍ਰਿਤਪਾਲ ਜੀ ਦੀ ਗੱਲ ਕੀਤੀ ਹੈ ਠੀਕ ਹੈ ਉਹਨੂੰ ਅੱਗੇ ਪੰਜਾਬ 'ਚ ਬਹੁਤ ਵੱਡਾ ਖਤਰਾ ਜੀ ਹਵਾ ਬਣਾਤਾ ਜੀ ਇੰਨੇ ਸੇ ਲਾ ਕੇ ਉਹਨੂੰ ਆਸਾਮ ਦੇ ਜੇਲ੍ਹ 'ਚ ਭੇਜ ਦਿੱਤਾ
ਕਿ ਜੇ ਉਹ ਪੰਜਾਬ 'ਚ ਜੇਲ੍ਹ 'ਚ ਰਹਿ ਜਾਂਦਾ, ਦੱਸੋ ਮੈਨੂੰ ਕੀ ਖਤਰਾ ਸੀ ਜੀ? ਜੇ ਮੰਨ ਲਓ ਉਹਨੂੰ ਇੰਨੇ ਸਲਾਤੀ, ਨਜ਼ਰਬੰਦ ਕਰਤਾ ਨਾ ਜੀ, ਨਜ਼ਰਬੰਦ ਤਾਂ ਇਸ ਕਰਕੇ ਕੀਤਾ ਜਾਂਦਾ ਜੀ, ਬਾਹਰ ਆਉਣ ਨਾਲ ਮਾਹੌਲ ਖਰਾਬ ਹੁੰਦਾ, ਹਾਂਜੀ ਮਾਹੌਲ ਖਰਾਬ ਹੋਣਾ, ਅਤੇ ਜੇ ਪੰਜਾਬ ਦੀ ਜੇਲ੍ਹ 'ਚ ਕਰ ਦਿੰਦੇ ਫਿਰ ਮਾਹੌਲ ਖਰਾਬ ਹੋ ਜਾਂਦਾ ਜੀ, ਜੇ ਕਿਸੇ ਅਸੀਂ ਦੂਰ ਸੁੱਟ ਦੇਣਾ ਇਸ ਕਰਕੇ ਵੀ ਦੂਜਿਆਂ ਨੂੰ ਡਰਾਵਾ ਪੈਦਾ ਕਰਨਾ ਵੀ ਕੋਈ 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 ਉਹ ਨਸ਼ਾ ਵਿਰੋਧੀ ਲਹਿਰ ਕਰਦਾ ਜਾਂ ਪੰਜਾਬ ਦੇ ਹੱਕ 'ਚ ਕਰਦਾ। ਲੈ ਪੰਜਾਬੀ ਸੂਬਾ ਜਦੋਂ ਮੰਗੇ ਸੀ ਤਾਂ ਵੀ ਕਹਿੰਦੇ ਖਾਲਿਸਤਾਨ ਮੰਗਦੇ ਸੀ, ਪੰਜਾਬੀ ਬੋਲਦੇ ਲੱਗ ਉਦੋਂ ਵੀ ਖਾਲਿਸਤਾਨ ਕਹਿੰਦੇ ਸੀ। ਜੇ ਕਿਸਾਨਾਂ ਨੇ ਵੀ ਧਰਨਾ ਲਾਇਆ ਤਾਂ ਕਹਿੰਦੇ ਉਹ ਵੀ ਸਾਰੇ ਖਾਲਿਸਤਾਨੀ ਆ। ਜੇ ਉੱਥੇ ਲੋਕਾਂ ਨੇ ਫੰਡ ਦਿੱਤਾ ਅਤੇ ਲੰਗਰ ਲਾਇਆ ਲੋਕਾਂ ਨੇ ਅਤੇ ਮੈਂ ਕਹਿੰਦਾ ਮਦਦ ਕੀਤੀ, ਉਹ ਕਹਿੰਦਾ ਖਾਲਿਸਤਾਨੀ ਪੈਸੇ ਦਿੰਦੇ ਨੇ। ਹੁਣ ਕੰਗਣਾ ਨੌਤਲ ਵਾਲੇ ਵੇਖ ਲਓ, ਤੁਸੀਂ ਵੇਖ ਲਓ, ਜੇ ਉਹਨੂੰ ਇੱਕ ਲੱਪੜ ਵਾਰਿਆ ਉਸ ਕੁੜੀ ਨੇ ਕੀ ਗੱਲ ਹੋਈ, ਤਾਂ ਸਾਰੇ ਖਾਲਿਸਤਾਨੀ ਹੋ ਗਏ ਸੀ। ਹੁਣ ਖਾਲਿਸਤਾਨੀ ਕਹਿਣ, ਜਿਹੜਾ ਹੁਣ ਉੱਤਰਾਖੰਡ 'ਚ ਹੋਇਆ ਇੰਨੇ ਦੇ ਅਟੈਕ ਕੀਤਾ, 100-150 ਬੰਦਾ ਨੂੰ ਕੁੱਟ ਮਾਰਨ ਲੱਗ ਗਿਆ, ਜੋ 3 ਮਹੀਨੇ ਦਾ ਮੇਰੇ ਖਿਆਲ 3 ਦਿਨ ਦਾ ਉਹ ਇਸ਼ੂ ਜੀ ਰਹਿ ਗਿਆ ਉਸ ਉੱਤੇ, ਫਿਰ ਉਹ ਹੁਣ ਸਾਰਾ ਹਿਮਾਚਲ ਉਹਨੂੰ ਕਹਿਣਾ ਅੱਤਵਾਦੀ, ਸਾਰਾ ਵੱਖਵਾਦੀ ਕਹਿਣਾ ਉਹਨਾਂ ਨੂੰ। ਅੱਜ ਦੇ ਮੌਜੂਦਾ ਸਮੇਂ ਵਿੱਚ ਲੋਕਤੰਤਰ ਨੂੰ ਤੁਸੀਂ ਕਿਸ ਤਰ੍ਹਾਂ ਦਾ ਸਮਝਦੇ ਹੋ? ਲੋਕਤੰਤਰ ਤਾਂ ਜੇ ਸਹੀ ਮਿਹਨਤ ਸੰਵਿਧਾਨ ਮੁਤਾਬਕ ਚੱਲਣਾ ਜੀ, ਲੋਕਤੰਤਰ ਦੇ ਇੱਕ ਬਹੁਤ ਵੱਡਾ ਲੋਕ ਲੋਕਾਂ ਲਈ ਚੁਣੀ ਸਰਕਾਰ ਨੂੰ ਮੰਨਿਆ ਜਾਂਦਾ ਹੈ, ਤੇ ਜੇ ਵੱਡੇ ਵੱਡੇ ਡਿਕਟੇਟਰਸ਼ਿਪ ਵੀ ਆਏ ਨਾ ਜੀ, ਹੁਣ ਵੀ ਉਹ ਤਾਂ ਚੁਣਦੇ ਹੀ ਆ ਵੋਟਾਂ, ਬਾਕੀ ਚੁਣੇ ਹੁਣ ਤਾਂ ਚੁਣੇ ਜੀ, ਹੁਣ ਤਾਂ ਲੋਕਾਂ ਨੇ ਵੇਖ ਕੇ ਦੇਖੋ। ਹੁਣ ਫਿਰ ਬੀਜੇਪੀ ਪਾਰਟੀ ਸੀ ਜੀ, ਉਹ 400 ਸੀਟਾਂ ਕਹਿੰਦੇ ਜੀ ਆਪਾਂ ਕਵਾਂਗੇ, ਡਿਕਟੇਟਰਸ਼ਿਪ ਚਲਾਉਣੀ ਸ਼ੁਰੂ ਕਰ ਲਈ ਸੀ ਉਹਨਾਂ ਨੇ, ਤੇ ਲੋਕਾਂ ਨੇ ਫਤਵਾ ਦਿੱਤਾ ਜਿੱਥੇ ਰਾਮ ਨਾਮ ਦੇ ਮੰਦਿਰ ਦੇ ਨਾਂ ਦੇ ਵੋਟਾਂ ਲਈ ਉਹ ਤੋਂ ਆਪ ਹੀ ਹਰ ਗਏ। ਯੂਪੀ ਦੇ ਵਿੱਚ ਜਿੱਥੇ ਉਹਨਾਂ ਸਾਰੀ ਉਮਰ ਲੜੀ ਮੰਦਿਰ ਦੀ ਲਈ ਉੱਥੇ ਹਰ ਗਏ, ਤੇ ਜਿੱਥੇ ਮੰਦਿਰ ਬਣਿਆ ਮੈਂ ਕਹਿੰਦਾ ਉਸੇ ਤੋਂ ਹੀ ਹਰ ਗਏ। ਲੋਕਾਂ ਨੇ ਕਿਹਾ ਸੀ ਨਾ ਉੱਥੇ ਵੀ ਸਾਡੇ ਘਰ ਢਾ ਕੇ ਜੇ ਕਹੋਗੇ ਰਾਮ ਇੱਥੇ ਆ ਕੇ ਬੈਠ ਜੂਗਾ, ਇਹ ਹੋ ਹੀ ਨਹੀਂ ਸਕਦਾ, ਲੋਕਾਂ ਦੀ ਆਵਾਜ਼ ਪੂਰੀ ਹੋ ਗਈ। ਮੈਂ ਤਾਂ ਕਹਿੰਦਾ ਜੀ ਤੇ ਲੋਕਾਂ ਨੇ ਉੱਥੇ ਹਰਾਇਆ, ਫਿਰ ਇਹਦਾ ਮਤਲਬ ਹੋਏ ਇਹ ਨਕਲੀ ਰਾਮ ਦਾ ਨਾਂ ਦੇ ਲੈ ਕੇ ਰਾਜਨੀਤੀ ਜਾਤ ਪਾਤ ਦੇ ਨਾਂ ਲੈ ਕੇ ਧਰਮ ਦੇ ਨਾਲ ਜਿਹੜੀ ਰਾਜਨੀਤੀ ਇਹ ਲੋਕਾਂ ਨੇ ਨਕਾਰਿਆ ਵੀ ਹੈ। ਇਹਦੇ ਵਿੱਚ ਪਿਛਲੇ ਸਮਿਆਂ 'ਚ ਕੀ ਹੋ ਗਿਆ ਲੋਕਾਂ ਦੀ ਜਦੋਂ ਆਵਾਜ਼ ਉੱਠੀ, ਇੱਕ ਲਾਸਟ ਦੇ ਉੱਤੇ ਆਪਸ਼ਨ ਨੋਟਾਂ ਦਾ ਲਾਤਾ, ਹਾਂਜੀ, ਹੁਣ ਉਹ ਨੋਟਾਂ ਦੇ ਲੱਗਣ ਦੇ ਨਾਲ ਕੀ ਹੋ ਗਿਆ ਵੀ ਕਈ ਲੋਕਾਂ ਨੂੰ ਕੋਈ ਵੀ ਉਮੀਦਵਾਰ ਨਹੀਂ ਪਸੰਦ ਹੈਗਾ, ਉਹ ਨੋਟਾਂ ਦਾ ਬਟਨ ਵੀ ਦਬਾ ਦਿੰਦੇ ਆ, ਪਰ ਉਸ ਦਾ ਕੋਈ ਫਾਇਦਾ ਹੈਗਾ ਜੇ ਉਹਦਾ 20-30 ਜਿੰਨੇ ਵੀ ਪਰਸੈਂਟ ਦਵਾ ਦਿੰਦੇ ਆ, ਜੇ ਵੱਧ ਤੋਂ ਵੱਧ ਵੀ ਨੋਟਾਂ ਦਵਾਇਆ ਜਾਂਦਾ, ਪਰ ਜਿੱਤਣਾ ਤਾਂ ਉਸੇ ਆ ਜਿਹੜੇ ਉਸਨੂੰ ਵੱਧ ਵੋਟਾਂ ਪੈਂਦੀਆਂ ਜੇ ਨੋਟਾਂ ਨੂੰ ਵੱਧ ਪੈ ਜਾਂਦੀਆਂ। ਸੰਵਿਧਾਨਿਕ ਤੌਰ ਤੇ ਤਾਂ ਨੋਟਾਂ ਦਾ ਕੋਈ ਉਹ ਫਾਇਦਾ ਨਹੀਂ ਸ਼ੋ ਕਰ ਰਿਹਾ, ਜਾਂ ਤਾਂ ਸੰਵਿਧਾਨ 'ਚ ਇਹ ਕਰ ਦੇਣ ਵੀ 90% ਤੋਂ ਵੱਧ ਪਰ ਲੋਕ ਨੋਟਾਂ ਦੀ ਪੈ ਗਈ ਉਹ ਸੀਟ ਕੈਂਸਲ ਕੀਤੀ, ਜਾਂ ਤਾਂ ਐਂ ਕਰਨ ਜੀ, ਇਕੱਲਾ ਨੋਟਾਂ ਦੇ ਬਟਨ ਨੱਪਣ ਨਾਲ ਵੀ ਉਹਨੂੰ ਸੰਵਿਧਾਨਕ ਕਾਨੂੰਨ ਤਾਂ ਬਣਾਉਣ ਨਾ ਜੀ, ਵੀ ਜੇ 90% ਵੋਟ ਪਏਗੀ ਨੋਟਾਂ 'ਤੇ ਤਾਂ ਵਿਧਾਨ ਸਭਾ ਜਿਹੜੀ ਜਲੇ ਦਾ ਲੋਕ ਸਭਾ ਇਲੈਕਸ਼ਨ ਉਹ ਕੈਂਸਲ ਮੰਨੀ ਜਾਊਗੀ, ਵੀ ਲੋਕਾਂ ਦਾ ਫਤਵਾ ਹੀ ਹੈ ਜੇ ਲੋਕ ਚਾਹੁੰਦੇ ਨਹੀਂ ਨੇ ਸਾਰੇ ਕੈਂਡੀਡੇਟ ਨੂੰ ਕੈਂਸਲ ਕਰਨਾ ਚਾਹੀਦਾ ਉੱਥੇ, ਨਹੀਂ ਫਿਰ ਇਹਦਾ ਮਤਲਬ ਇਹ ਹੈਗਾ ਜਿਹੜਾ ਨੋਟਾ ਲੱਗਿਆ ਹੋਇਆ ਹਾਂਜੀ ਇਸ ਵਾਰ ਵੀ ਬਹੁਤ ਸਾਰੇ ਲੋਕਾਂ ਨੇ ਦੱਬਿਆ ਹੋਣਾ ਵੀ ਉਹ ਇੱਕ ਬਸ ਵਿਖਾਵੇ ਦੀ ਚੀਜ਼ ਆ ਵੀ ਦੱਬ ਕੇ ਤੁਸੀਂ ਜਿੱਤ ਖੁਸ਼ ਕਰ, ਓਨਲੀ ਪਾਰਲੀਮੈਂਟਰੀ ਤੌਰ ਤੇ ਰੱਖਿਆ ਵੀ ਲੋਕ ਸੇ ਬੂਥਾਂ ਤੱਕ ਪਹੁੰਚ ਜਾਣ ਤੇ ਆਪਦੇ ਨੋਟਾਂ ਦੀ ਲਾ ਕੇ ਆ ਜਾਣ, ਬਸ ਆਹੀ ਬੂਥਾਂ ਦੇ ਰਾਸ਼ੇ ਦਿਖਾਉਣੇ ਆ। ਹੁਣ ਭਾਈ ਅੰਮ੍ਰਿਤਪਾਲ ਸਿੰਘ ਵਾਲੀ ਗੱਲ ਕੀਤੀ ਤੇ ਉਹਨਾਂ ਤਾਂ ਨਜ਼ਰਬੰਦ ਕਰਤਾ ਤੇ ਲੋਕਾਂ ਨੇ ਫਤਵਾ ਦੇਤਾ ਲੋਕਤੰਤਰ 'ਚ, ਠੀਕ ਹੈ ਨਾ, ਉਹਨੂੰ ਉਹ ਅੱਤਵਾਦੀ ਕਹਿੰਦੇ ਸੱਤਵਾਦੀ, ਤੇ ਲੋਕਾਂ ਨੇ ਫਤਵਾ ਦਿੱਤਾ। ਨਹੀਂ ਹੁਣ ਇਹ ਲੋਕਾਂ 'ਚ ਇਹ ਗੱਲ ਚੱਲਦੀ ਸੀ ਨਾ ਵੀ ਜੇ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਕੱਢਣਾ ਹੈਗਾ, ਜੇਲ੍ਹ ਤੋਂ ਬਾਹਰ ਲੈ ਕੇ ਆਉਣਾ ਤਾਂ ਉਹਨੂੰ ਵੋਟਾਂ ਪਾ ਕੇ ਜਿਤਾਓ, ਪਰ ਸੰਵਿਧਾਨ ਦੇ ਵਿੱਚ ਕੋਈ ਅਜਿਹੀ ਤਮੀਮ ਜਾਂ ਧਾਰਾ ਤਾਂ ਹੈ ਨਹੀਂ ਵੀ ਜੇ ਕੋਈ ਜਿੱਤ ਗਿਆ ਉਹਨੂੰ ਬਾਹਰ ਲਿਆਂਦਾ ਜਾਊਗਾ। ਨਹੀਂ ਲੋਕਾਂ ਦੇ ਫਤਵਾ ਹੈ ਜੀ, ਉਹ ਤੇ ਕਿਹੜਾ ਕੋਈ ਕ੍ਰਿਮੀਨਲ ਕੇਸ ਹੈ ਜੀ, ਕ੍ਰਿਮੀਨਲ ਕੇਸ ਉਹਨੂੰ ਕਿਹੜੀ ਕਿਸੇ ਸਜ਼ਾ ਹੋਈ ਹੈ ਜੀ? ਜਿੰਨੇ ਵੀ ਉੱਪਰੋਂ MP ਬਣਿਆ ਤੁਸੀਂ ਵੇਖੋ, ਜਿਹਨਾਂ 4 ਸਾਲ ਤੋਂ ਘੱਟ ਸਜ਼ਾ ਉਹ ਸਾਰੇ ਇਲੈਕਸ਼ਨ ਲੜ ਰਹੇ ਆ ਜੀ, ਠੀਕ ਹੈ ਨੀ, ਕਾਨੂੰਨ ਸਾਰਿਆਂ ਨੂੰ ਹੋਈ ਹੈ, 3 ਸਾਲ 4 ਸਾਲ ਸਾਰੇ ਲੜ ਰਹੇ ਨੇ, ਇਹਨੂੰ ਤਾਂ ਕਿਸੇ ਕੋਈ 1 ਮਹੀਨੇ ਦੀ ਸਜ਼ਾ ਨਹੀਂ, 1 ਦਿਨ ਦੀ ਸਜ਼ਾ ਨਹੀਂ, ਸਿਰਫ ਨਜ਼ਰਬੰਦ ਕਰਕੇ ਪਾਸੇ ਕਰਤਾ ਪੰਜਾਬ ਤੋਂ, ਜਿਹੜਾ ਲਹਿਰ ਪੈਦਾ ਕਰ ਰਹੇ ਸੀ ਨੌਜਵਾਨ ਨੂੰ ਜਾਗਰੂਕ ਕਰਨ, ਉਸ ਨੂੰ ਉਹਨੂੰ ਦਬਾਉਣ ਵਾਸਤੇ ਕੀਤਾ ਜੇ ਲੋਕਾਂ ਨੇ ਉਹਨੂੰ ਚੁਣਤਾ, ਕੋਈ ਸੰਵਿਧਾਨ ਕਾਨੂੰਨ ਨਹੀਂ ਕਹਿੰਦਾ ਉਹ ਅੰਦਰ ਰਹਿ ਸਕਦਾ ਜੀ, ਨਹੀਂ ਜਿਸ ਲੋਕਾਂ ਨੂੰ NSA ਲਾਇਆ ਲੋਕ ਬਾਹਰ ਨੂੰ ਖਤਰਾ ਹੈ ਤੇ ਲੋਕਾਂ ਨੇ ਤਾਂ ਵੋਟ ਪਾ ਕੇ ਜਿਤਾ ਦਿੱਤਾ ਜੀ, ਲੋਕਾਂ ਨੇ ਉਹਨੂੰ ਮੰਨ ਲਿਆ ਵੀ ਇਹ ਠੀਕ ਹੈ, ਸਰਕਾਰ ਗਲਤ ਆ ਉੱਥੇ, ਤੇ ਜੇ ਸਰਕਾਰ ਇੱਥੇ ਵੀ ਕਹਿਣਗੇ ਅਸੀਂ ਠੀਕ ਹੈ
ਤੇ ਫਿਰ ਲੋਕਤੰਤਰ ਵੀ ਕਹਿੰਦਾ ਠੀਕ ਨਹੀਂ ਹੈ। ਅਖੀਰ ਦੇ ਵਿੱਚ ਇੱਕ ਹੈਗਾ ਵੀ ਜਦੋਂ ਸੰਵਿਧਾਨ ਬਣਿਆ, ਹਾਂਜੀ, ਡਾਕਟਰ ਬੀ ਆਰ ਅੰਬੇਦਕਰ ਨੇ ਸਾਰੀਆਂ ਉਹਦੀਆਂ ਸਥਿਤੀਆਂ ਪ੍ਰਸਥਿਤੀਆਂ ਦੇਖ ਕੇ ਉਹਨੂੰ ਲਿਖਤੀ ਰੂਪ ਦਿੱਤਾ ਵੀ ਇਸ ਤਰ੍ਹਾਂ ਤੁਸੀਂ ਲੋਕ ਸਭਾ ਦੇ ਮੈਂਬਰ ਚੁਣੋਗੇ, ਰਾਜ ਸਭਾ ਦੇ ਮੈਂਬਰ ਚੁਣੋਗੇ, ਵਿਧਾਨ ਸਭਾ ਦੇ ਮੈਂਬਰ ਚੁਣੋਗੇ, ਸਰਕਾਰਾਂ ਚੱਲਣਗੀਆਂ। ਉਸ ਗੱਲ ਨੂੰ ਅੱਜ 60-65-70 ਸਾਲ ਹੋ ਗਏ ਜੀ ਜਦੋਂ ਸੰਵਿਧਾਨ ਬਣਿਆ। ਅੱਜ 70 ਸਾਲਾਂ ਬਾਅਦ ਉਸੇ ਸੰਵਿਧਾਨ ਨੂੰ ਆਪਦੇ ਤਰੀਕੇ ਨਾਲ ਤਵੀਮਾਂ ਕਿੰਨੀਆਂ 100 ਤੋਂ ਵੱਧ ਜਿਹੜੀਆਂ ਹੈਗੀਆਂ ਸੰਵਿਧਾਨ ਦੇ ਵਿੱਚ ਉਹ ਫੇਰ ਬਦਲ ਹੋ ਗਿਆ, ਤਵੀਮ ਹੋ ਗਈ ਹੈ ਵੀ ਹੁਣ ਜਿਹੜਾ ਲੋਕਤੰਤਰ ਹੈ ਕੀ ਉਹੀ ਲੋਕਤੰਤਰ ਚੱਲ ਰਿਹਾ ਜਾਂ ਉਹਦਾ ਬਹੁਤ ਕੁਛ ਬਦਲਿਆ ਗਿਆ? ਜਿਹੜਾ ਪਿਛਲੀ ਸਰਕਾਰ ਸੀ ਭਾਰਤੀ ਜਨਤਾ ਪਾਰਟੀ ਦੀ ਜੀ, ਡਾਕਟਰ ਅੰਬੇਦਕਰ ਮਹਾਰਾਜ ਜੋ ਸੰਵਿਧਾਨ ਲਿਖਿਆ ਸੀ ਉਹ ਲੋਕਾਂ ਲਈ ਲਿਖਿਆ ਗਿਆ ਸੀ ਤਾਂ ਕਿ ਕੋਈ ਡਿਕਟੇਟਰਸ਼ਿਪ ਨਾ ਆ ਜੇ, ਕੋਈ ਇਸ ਤਰ੍ਹਾਂ ਦੇ ਲੋਕਾਂ ਦਾ ਨੁਮਾਇੰਦਾ ਉੱਥੇ ਅਨਪੜ੍ਹ ਵੀ ਜਿੱਤ ਸਕਦਾ, ਗਰੀਬ ਵੀ ਜਿੱਤ ਸਕਦਾ, ਕਿਸਾਨ ਵੀ ਜਿੱਤ ਸਕਦਾ, ਮਜ਼ਦੂਰ ਵੀ ਜਿੱਤ ਤੇ ਅਮੀਰ ਲੋਕਾਂ ਨੇ ਇਸ ਹਵਾ ਬਣਾਉਣਾ ਸੀ ਵੀ ਇਕੱਲਾ ਪੈਸੇ ਵਾਲੀ ਜਿੱਤ ਸਕਦਾ ਜੀ। ਲੋਕਤੰਤਰ ਨੇ ਇਹ ਸਾਬਤ ਕਰਤਾ ਜਿਹੜੇ ਕਰੋੜਪਤੀ ਸੀ ਉਹਨਾਂ ਨੂੰ ਹਰਾਇਆ ਤੇ ਜਿਹਦੇ ਮੇਰੇ ਖਿਆਲ ਜੇਬ 'ਚ 10 ਰੁਪਏ ਸੀ ਉਹਨਾਂ ਨੂੰ ਵੀ ਜਿਤਾਇਆ ਤੇ ਲੋਕਾਂ ਦੇ ਕੈਂਡੀਡੇਟ ਕਰਕੇ ਜਿਤਾਇਆ ਨਾ ਜੀ ਲੋਕਾਂ ਨੇ। ਉਹ ਸੰਵਿਧਾਨ ਜਿਹੜਾ ਬਣਾਇਆ ਸੀ ਜਦੋਂ ਪੂਰਨ ਬਹੁਮਤ ਤੋਂ ਲੋਕਾਂ ਨੂੰ ਵੱਧ ਕੈਂਡੀਡੇਟ ਮਿਲ ਜਾਣ, ਸੀਟਾਂ ਮਿਲ ਜਾਣ ਤਾਂ ਡਿਕਟੇਟਰਸ਼ਿਪ ਕਰਦੇ ਆ ਉਹ ਆਪਣੇ ਮੁਤਾਬਕ ਸੰਵਿਧਾਨ ਨੂੰ ਤੇ ਵਿੱਚੋਂ ਅੰਦਰੂਨੀ ਵੜ ਕੇ ਉਹਨੂੰ ਖੋੜਾ ਲਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਕਿ ਉਹ ਜਿਹੜਾ ਉਹ ਗਲਤ ਹੈ। ਠੀਕ ਹੈ, ਜਿਸ ਤਰ੍ਹਾਂ ਕਿ ਆਰਐਸਐਸ ਦਾ ਏਜੰਡਾ ਲੈ ਲਿਆ ਸੀ ਉਹਨਾਂ ਨੇ ਜੀ, ਜਿਹਨਾਂ ਨੇ ਸਿਰਫ ਇਕੱਲੇ ਰਾਜ ਜਾਤ ਪਾਤ ਦੇ ਨਾਂ ਤੇ ਵੋਟ ਕਰਨ ਲੱਗੇ ਸੀ। ਦੇਖੋ ਅਸਲੀ ਤਾਂ ਭਾਵੇਂ ਕਿਸੇ ਦਾ ਧਰਮ ਹੈ ਜੀ, ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਸਭ ਦਾ ਇੱਕ ਭਗਵਾਨ ਹੈ। ਠੀਕ ਹੈ, ਇੱਕ ਜਾਤ ਹੈ, ਇੱਕ ਜੋਤ ਹੈ ਤੇ ਜਾਤ ਨਾਂ ਤੇ ਵੋਟ ਲੈਣੀ ਤੇ ਹੁਣ ਤੁਸੀਂ ਇੱਥੋਂ ਤੱਕ ਵੀ ਕਿਹਾ ਵੀ ਇਹ ਕੋਈ ਡੇਡੇ ਪ੍ਰਧਾਨ ਮੰਤਰੀ ਵਾਲਾ ਬਿਆਨ ਥੋੜਾ ਸੀ ਵੀ ਕੋਈ ਜੇ ਫਲਾਣਾ ਐਮਐਲਏ ਬਣ ਗਿਆ ਵੀ ਟੂਟੀਆਂ ਲਾ ਕੇ ਲੈ ਜਾਣਗੇ ਜੀ ਤੇ ਜੇ ਉਹ ਹੋ ਗਿਆ ਤੇ ਸਨਾਤਨ ਧਰਮ ਖਤਰੇ ਵਿੱਚ ਹੋ ਜਾਊਗਾ ਜੀ ਤੇ ਜੇ ਆ ਨਾ ਤੇ ਮੰਦਿਰ ਨਹੀਂ ਬਣੂਗਾ ਜੀ। ਮਤਲਬ ਇਹ ਸਾਡਾ ਲੋਕਤੰਤਰ ਕਿੱਧਰ ਜਾ ਰਿਹਾ? ਸੈਕੂਲਰਿਜ਼ਮ ਸਾਡਾ ਜਿਹੜਾ ਦੇਸ਼ ਹੈ ਇੱਥੇ ਹਰ ਕਿਸਮ ਦੇ ਹਰ ਸੱਭਿਆਚਾਰ ਦਾ ਇੱਥੇ ਲੋਕ ਰਹਿੰਦਾ ਹੈ ਤੇ ਪੰਜਾਬ ਦੀ ਖਾਸੀਅਤ ਮੈਂ ਤਾਂ ਵੀ ਕਿਹੜਾ ਹਰੇਕ ਕਿਉਂ ਲੱਗਦਾ ਪੰਜਾਬ ਦੇ ਜਿਹੜੇ ਲੋਕ ਹੈ ਨਾ ਪੰਜਾਬੀ, ਪਹਿਲੀ ਗੱਲ ਤਾਂ ਪੰਜਾਬ ਨੂੰ ਸਿੱਖਾਂ ਦੇ ਪੰਜਾਬੀ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਆ ਵੀ ਇਹ ਦੋ ਅਲੱਗ ਹੋ ਜਾਣ। ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਜਦੋਂ ਚੰਡੀਗੜ੍ਹ ਪੰਜਾਬ ਦਾ ਮੰਗਿਆ ਸੀ ਉਹਨਾਂ ਨੇ ਦੋ ਧਿਰਾਂ ਕਰਤੀਆਂ ਸੀ ਨਾ ਜੀ ਵੀ ਇਕੱਲੇ ਸਿੱਖ ਹੀ ਮੰਗਦੇ ਆ, ਹਾਂਜੀ ਕਰਤੀ ਉਹਨਾਂ ਨੇ, ਉਹਦੇ ਇੱਕ ਵਾਰੀ ਪਾਰਟੀ ਨਾਲ ਵੀ ਇਕੱਠੀ ਹੋ ਗਈ ਸੀ ਫਿਰ ਉਹਨਾਂ ਨੂੰ ਦੋ ਫਰਕ ਕਰਤਾ ਵੀ ਇਕੱਲੇ ਸਿੱਖ ਮੰਗਦੇ ਆ ਜੀ। ਠੀਕ ਹੈ ਜੀ, ਤੇ ਅੱਜ ਵੀ ਉਹੀ ਪੋਜੀਸ਼ਨ 'ਚ ਆ ਗਏ ਜੀ ਜੀ ਵੀ ਇਕੱਲੇ ਸਿੱਖ ਹੀ ਅਲੱਗ ਮੰਗ ਰੱਖਦੇ ਆ ਜੀ। ਠੀਕ ਹੈ, ਉਸ ਨੂੰ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੀ ਪੰਜਾਬੀਅਤ ਨੂੰ ਅਲੱਗ ਅਲੱਗ ਕਰਨ ਵਾਸਤੇ ਤਾਂ ਕਿ ਪੰਜਾਬ ਦੇ ਲੋਕਾਂ 'ਚ ਖੂਨ ਬਲੱਡ 'ਚ ਹੈ, ਪੰਜਾਬ ਦੇ ਲੋਕ ਕਿਸੇ ਦੀ ਗੁਲਾਮੀ ਨਾ ਪਹਿਲਾਂ ਸਹੀ ਹੈ ਨਾ ਅੱਜ ਸਹਿਣ, ਪੰਜਾਬ ਖੁਦ ਮੁਖਤਿਆਰੀ ਚਾਹੁੰਦੇ ਨਹੀਂ ਦੇਣਾ ਨਹੀਂ ਚਾਹੁੰਦੇ, ਬਸ ਇੰਨੇ ਫਰਕ ਹੈ ਜੀ ਪੰਜਾਬੀ 'ਚ ਜੀ। ਪੰਜਾਬੀਆਂ ਨੂੰ ਕਿੰਨੇ ਪਾਉਣ ਦੀ ਕੋਸ਼ਿਸ਼ ਕਰੋ ਪੰਜਾਬੀ ਨਹੀਂ ਪਾੜਦਾ। ਤੁਸੀਂ ਕਿੰਨੇ ਹੁਣ ਕਾਂਡ ਦਰਬਾਰ ਸਾਹਿਬ ਤੇ ਹਮਲਾ ਹੋਇਆ, ਕਿੰਨੇ ਕੁ ਪੰਜਾਬੀ ਜਾਂ ਕਿੰਨੇ ਕੁ ਸਿੱਖ ਇਕੱਠੇ ਹੋ ਕੇ ਕਿਸੇ ਦੇ ਘਰ ਤੇ ਹਮਲਾ ਕੀਤਾ ਵੀ ਹਾਂਜੀ ਪੰਜਾਬੀ ਤੇ ਹਿੰਦੂਆਂ ਤੇ 84 ਦਾ ਕਲੰਕ ਲੈ ਲਓ ਸ਼੍ਰੀਮਤੀ ਇੰਦਰਾ ਗਾਂਧੀ ਹੋਏ ਤੇ ਮੇਰੇ ਖਿਆਲ 'ਚ ਉਹਨੂੰ ਸਰਕਾਰੀ ਤੰਤਰ ਨੇ ਹੀ ਸਿੱਖੀ ਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਸਿੱਖੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇ ਟਾਇਰਾਂ 'ਚ ਗੱਲ ਪਾ ਪਾ ਕੇ ਉਹਨਾਂ ਨੂੰ ਸਾੜਿਆ। ਇੱਥੋਂ ਤੱਕ ਕਿ ਗੁਰਤੇਗ ਬਹਾਦਰ ਜੀ ਨੇ ਜਿਨ੍ਹਾਂ ਨੇ ਜਨੌਦੀ ਰੱਖਿਆ ਮੇਗਾ ਉੱਥੇ ਮੇਗਾ ਉੱਥੇ ਚਾਂਦਨੀ ਚੌਂਕ ਜਾ ਕੇ ਵੀ ਉਹਦੇ ਅਟੈਕ ਕੀਤੇ ਇਹਨਾਂ ਨੇ, ਤੁਸੀਂ ਦੱਸੋ ਕੀ ਆਸ ਰੱਖ ਸਕਦੇ ਇਹਨਾਂ ਤੇ? ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਕਿ ਨਹੀਂ? ਹੁਣ ਇੱਕ ਗੱਲ ਕਿਸੇ ਨੇ ਯੁੱਧ ਵੇਲੇ ਵੀ ਯੁੱਧ ਫੌਜ ਤੇ ਕਰਨਾ ਨਾ ਕਿ ਧਰਮ ਦੇ, ਧਰਮ ਦਾ ਕਹਿਣ ਦਾ ਭਾਵ ਹੈ ਵੀ ਜੇ ਉਹਨਾਂ ਦਾ ਕੋਈ ਕੁਰਾਨ ਹੈ, ਗੁਰਕੁਰਾਨ ਹੈ, ਫਲਾਣਾ, ਉਹਨਾਂ ਕੋਈ ਕੋਈ ਮੰਦਰ ਹੈ, ਉਹਨਾਂ 'ਤੇ ਕੋਈ ਅਟੈਕ ਨਹੀਂ ਕਰਨਾ, ਇਕੱਲੀ ਫੌਜ ਦੇ ਅਟੈਕ ਹੀ ਕਰਨਾ, ਤਾਂ ਬਹੁਤ ਵੱਡੀ ਗੱਲ ਹੈ। ਤੇ ਇਹਨਾਂ ਨੇ ਤੁਸੀਂ ਵੇਖ ਲਓ ਆਪਣੇ ਕਿਹੜਾ ਹਰਿਮੰਦਰ ਸਾਹਿਬ ਤੇ ਜਿਹੜੀ ਫੌਜ ਸੀ ਜੀ, ਹਰਿਮੰਦਰ ਸਾਹਿਬ ਦਾ ਅਟੈਕ ਕਰਤਾ ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਜੀ ਕਿਸੇ ਧਰਮ ਦੇ ਅਟੈਕ ਨਹੀਂ ਹੈ ਜੀ, ਜਿਹੜਾ ਯੁੱਧ ਕਰਨ ਆ ਰਿਹਾ ਸਾਹਮਣੇ ਉਹਦੇ ਨਾਲ ਅਟੈਕ ਹੈ, ਜੇ ਉਹਨਾਂ ਕੋਲ ਕੋਈ ਮੰਦਰ ਵੀ ਆਇਆ ਸੀ ਉਹਦੇ ਅਟੈਕ ਨਹੀਂ ਕਰਨਾ। ਠੀਕ ਹੈ, ਜੇ ਉਹਨਾਂ ਕੋਲ ਗ੍ਰੰਥ ਹੈ ਇਹ ਉਹਦੇ ਅਟੈਕ ਨਹੀਂ ਕਰਨਾ, ਇਹ ਧਿਆਨ ਰੱਖਣਾ ਇਸ ਗੱਲ ਦਾ। ਤੇ ਸਾਡੇ ਤਾਂ ਸਰਕਾਰ ਨੇ ਤਾਂ ਕਾਲ ਤਖ਼ਤ ਸਾਹਿਬ ਬਿਠਾ ਤਾ, ਦਰਬਾਰ ਸਾਹਿਬ ਬਿਠਾ ਤਾ, ਗੁਰੂ ਗ੍ਰੰਥ ਸਾਹਿਬ ਗੋਲੀਆਂ ਵੱਜੀਆਂ ਤੇ ਜਿਹੜੇ ਸ਼ਰਧਾ ਨਾਲ ਮੱਥਾ ਟੇਕਣ ਗਏ ਸੀ ਤੇ ਉਹ ਸਾਰੇ ਸ਼ਹੀਦ ਕਰ ਦਿੱਤੇ।
ਤੇ ਫਿਰ ਇਹ ਕਿਹੜਾ ਲੋਕਤੰਤਰ ਤੇ ਇਹ ਕਿਹੜੀ ਸਰਕਾਰ ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਗੱਲ ਕਰਦੇ ਸੀ ਲੋਕਤੰਤਰ ਦੀ, ਕਹਿੰਦੇ ਨੇ ਭਾਰਤ ਦਾ ਸੰਵਿਧਾਨ ਬਹੁਤ ਲਚਕੀਲਾ ਹੈ, ਪਰ ਇਸ ਲਚਕੀਲੇਪਣ ਦਾ ਫਾਇਦਾ ਉਠਾ ਕੇ ਕਈ ਰਾਜਨੀਤਿਕ ਪਾਰਟੀਆਂ ਨੇ ਧਰਮ ਨਿਰਪੱਖ ਰਾਜ ਨੂੰ ਧਰਮ ਦੀ ਰਾਜਨੀਤੀ ਉਤਾਰ ਵਰਤ ਲਿਆ। ਇਸ ਕਰਕੇ ਲੋਕਤੰਤਰ ਦਾ ਜਿਹੜਾ ਪ੍ਰਭਾਵ ਹੈ ਉਹ ਕਿਤੇ ਨਾ ਕਿਤੇ ਘੱਟ ਵੀ ਹੋਇਆ ਅਤੇ ਲੋਕਾਂ ਦੀ ਸੁਣੀ ਵੀ ਜਾਂਦੀ ਹੈ। ਅਤੇ ਤੁਸੀਂ ਲਗਾਤਾਰ ਜੁੜੇ ਰਹੋ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ।